ने ਲੋਕਾਂ ਦੀਆਂ ਬੋਲੀਆਂ ਤੇ ਖਾਲਸਾ ਦਾ ਬੋਲਾ ਹੈ ਬੋਲਾ ਹੈ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਅਸੀਂ ਕਹਿੰਦੇ ਨਾ ਗਲਾਸ ਵਿੱਚ ਚਾਹ ਪੀਣੀ ਹੈ ਜਾਂ ਬਾਟੇ ਵਿੱਚ ਚਾਹ ਪੀਣੀ ਹੈ ਨਿਹੰਗਾ ਸਿੰਘਾਂ ਕੋ ਜਾਓ ਕਹਿੰਦੇ ਹਾਂ ਵੀ ਚਬਾਰੇ ਤੇ ਚਾਹ ਪੀਣੀ ਹੈ ਕਿ ਵਿਹੜੇ ਚ ਉਹ ਬਾਟੇ ਨੂੰ ਵਿਹੜਾ ਕਹਿੰਦੇ ਨੇ ਤੇ ਗਲਾਸ ਨੂੰ ਚਬਾਰਾ ਕਹਿੰਦੇ ਨੇ ਤੇ ਜਿਹੜਾ ਕੋਈ ਬੋਲਾ ਹੋਵੇ ਨਾ ਬੋਲਾ ਘੱਟ ਸੁਣਦਾ ਕਹਿੰਦੇ ਚਬਾਰੇ ਚੜਿਆ ਇਹਨੂੰ ਘੱਟ ਸੁਣਦਾ ਹੈ ਇੱਕ ਅਸੀਂ ਕਹਿੰਦੇ ਹਾਂ ਨੇਤਰਹੀਣ ਉਹ ਕਹਿੰਦੇ ਨੇ ਸੁਜਾਖਾ ਫਰਕ ਹੈ ਬੋਲੀ ਦੇ ਵਿੱਚ ਫਰਕ ਹੈ ਔਰ ਇਹ ਬੋਲੇ ਸਤਿਗੁਰਾਂ ਨੇ ਬਣਾਏ ਸਨ ਇਹ ਕੋਡ ਵਰਡ ਸੀ ਖਾਲਸੇ ਦਾ ਇਸ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਪ੍ਰਾਪਤ ਕਰਨ ਵਾਸਤੇ ਆਪ ਜੀ ਹੋਲੇ ਮਹੱਲੇ ਦੇ ਸੰਬੰਧ ਵਿੱਚ ਬੈਠੇ ਹੋ ਤੇ ਸਤਿਸੰਗ ਜੀ ਦਾਸ ਨੇ ਕੀ ਸੁਣਾਉਣਾ ਹੈ ਸਾਡੇ ਅੰਦਰ ਵਿੱਚ ਬੈਠੀ ਮਹਾਨ ਸ਼ਖਸੀਅਤ ਸ੍ਰੀ ਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਸਨੋਰ ਪਟਿਆਲੇ ਵਾਲੇ ਮਹਾਂਪੁਰਸ਼ ਹੁਣ ਉਹਨਾਂ ਦਾ ਸਮਾਂ ਹੈ ਉਹਨਾਂ ਨੇ ਆਪ ਜੀ ਦੇ ਨਾਲ ਹੋਲੇ ਮਹੱਲੇ ਦੇ ਸੰਬੰਧ ਵਿੱਚ ਆਪ ਜੀ ਨੂੰ ਚਾਨਣਾ ਪਾਉਣਾ ਹੈ ਕਿ ਸਾਨੂੰ ਹੋਲੀਆਂ ਕਿਉਂ ਨਹੀਂ ਮਨਾਉਣੀਆਂ ਚਾਹੀਦੀਆਂ ਤੇ ਹੋਲਾ ਮਹੱਲਾ ਕਿਉਂ ਮਨਾਉਣਾ ਚਾਹੀਦਾ ਸਤਿਗੁਰ ਕਿਰਪਾ ਕਰਨ ਸਾਡੀਆਂ ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਕਰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਬੋਲਣ ਦੀ ਅਜਾਜ਼ ਦਿੱਤੀ ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ ਜਿਨ੍ਹਾਂ ਬੜੇ ਪਿਆਰ ਨਾਲ ਬਹਿ ਕੇ ਸੁਣਿਆ ਹੈ ਧੰਨਵਾਦ ਬਾਬਾ ਗੁਰਮੀਤ ਸਿੰਘ ਜੀ USA ਵਾਲੇ ਜਿਨ੍ਹਾਂ ਦੇ ਉਦਮ ਉਪਰਾਲੇ ਦੇ ਨਾਲ ਸਰਹਾਲਾ ਨਗਰ ਦੇ ਵਿੱਚ ਇਹ ਅੱਜ ਰਾਤਰੀ ਦੇ ਦੀਵਾਨ ਸੱਜ ਰਹੇ ਨੇ ਜਿੱਥੋਂ ਜਿੱਥੋਂ ਤੱਕ ਆਵਾਜ਼ ਆ ਰਹੀ ਹੈ ਫਿਰ ਬੇਨਤੀ ਕਰਦਾ ਮਹਾਂਪੁਰਖ ਅਸਟੇਜ 'ਤੇ ਆ ਗਏ ਨੇ ਆਓ ਭਾਈ ਸਾਰੇ ਆਪਾਂ ਨਾਲ ਮਿਲ ਕੇ ਵੱਡੇ ਭਾਗ ਆਪ ਜੀਆਂ ਦੇ ਜੁਗੋ ਜੁਗ ਅਟਲ ਸ਼ਬਦ ਅਵਤਾਰ ਬਾਣੀ ਕੇ ਬੋਹਿਤ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਠਾਕਰ ਜੀ ਦੀਨ ਦਿਆਲ ਜੀ ਸਤਿਗੁਰਾਂ ਦੀ ਨਿੱਘੀ ਗੋਦ ਦੇ ਵਿੱਚ ਬੈਠ ਕੇ ਹੋਲੇ ਮਹੱਲੇ ਦੇ ਪਾਵਨ ਪਵਿੱਤਰ ਦਿਹਾੜੇ ਤੇ ਹਾਜ਼ਰੀਆਂ ਲਵਾ ਰਹੇ ਹੋ ਆਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇਹ ਜਿਹੜਾ ਸਤਸੰਗਤ ਦਾ ਆਪਾਂ ਨੂੰ ਸਮਾਂ ਮਿਲਿਆ ਹੈ ਕਾਫੀ ਸਮੇਂ ਤੋਂ ਆਪ ਜੀ ਹਾਜ਼ਰੀਆਂ ਲਵਾ ਰਹੇ ਹੋ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਦੇ ਨਾਲ ਸਤਿਗੁਰਾਂ ਦਾ ਜਸ ਗਾਇਆ ਬੜੇ ਸਤਿਕਾਰਯੋਗ ਬੜੇ ਹੀ ਗੁਰਮੁਖ ਪਿਆਰੇ ਨਾਮ ਜਪਣ ਵਾਲੀ ਰੂਹ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਤਰਸਿੱਕੇ ਤੋਂ ਆਪ ਜੀ ਨੇ ਗੁਰੂ ਮਹਾਰਾਜ ਦਾ ਜਸ ਉਹਨਾਂ ਤੋਂ ਸਰਵਣ ਕੀਤਾ ਹੈ
ਸੋ ਆਓ ਬਾਕੀ ਦਾ ਸਮਾਂ ਵੀ ਆਪਾਂ ਸਫਲਾ ਕਰੀਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਸਾਵਧਾਨ ਹੋ ਕੇ ਏਕਾਗਰ ਚਿੱਤ ਹੋ ਕੇ ਆਪਾਂ ਪਰਮੇਸ਼ਰ ਦਾ ਜਸ ਗਾਉਣਾ ਤੇ ਜਸ ਵੀ ਇਸ ਤਰ੍ਹਾਂ ਗਾਉਣਾ ਆਪਾਂ ਮਹਾਰਾਜ ਦਾ ਜਸ ਜਿਹੜਾ ਉਹ ਇਸ ਤਰ੍ਹਾਂ ਗਾਈਏ ਕਿ ਗੁਰੂ ਮਹਾਰਾਜ ਦੀ ਪ੍ਰਸੰਨਤਾ ਲੈ ਲਈਏ। ਆਓ ਮਹਾਂਪੁਰਖ ਬ੍ਰਹਮ ਗਿਆਨੀ ਬ੍ਰਹਮਲੀਨ ਸ਼੍ਰੀ ਮਾਨ 108 ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਸਨੌਰ ਵਾਲੇ ਉਹਨਾਂ ਨੇ 50 ਸਾਲ ਇੱਕ ਰਸ ਤਪ ਕੀਤਾ। ਮਿਲਟਰੀ ਦੇ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਿਨਾਂ ਕਿਸੇ ਤੋਂ ਮੰਗਿਆ ਨਹੀਂ। ਇਹ ਮੈਂ ਤੁਹਾਨੂੰ ਤਾਂ ਥੋੜ੍ਹਾ ਪਹਿਲਾਂ ਦੱਸਣ ਲੱਗਿਆ ਵੀ ਮਨ ਕਿਤੇ ਜੁੜ ਜਾਵੇ ਗੁਰੂ ਦੇ ਨਾਲ ਆਪਾਂ ਜਦੋਂ ਪਰਮੇਸ਼ਰ ਦਾ ਜਸ ਗਾਈਏ ਨਾ ਤੇ ਮਹਾਰਾਜ ਨੂੰ ਆਸਣ ਛੱਡ ਕੇ ਆਉਣਾ ਪੈ ਜਾਵੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਜਦੋਂ ਮਹਾਰਾਜ ਧਾਰਨਾ ਪੜਿਆ ਕਰਦੇ ਸੀ ਨਾ ਚਮਕਾਰੇ ਪੈਂਦੇ ਚੱਕਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਤਾਂ ਮਹਾਰਾਜ ਆਉਂਦੇ ਸੀ ਸ਼ੀਰ ਸਿੰਘਾਂ ਦੀਆਂ ਆਵਾਜ਼ਾਂ ਸੁਣਦੇ ਸੀ ਘੋੜਿਆਂ ਦੇ ਪੌੜ ਸੁਣਦੇ ਸੀ। ਇਹ 35-40 ਸਾਲ ਪੁਰਾਣੀਆਂ ਗੱਲਾਂ ਔਰ ਸੰਗਤ ਬੈਠੀ ਸੁਣਦੀ ਸੀ ਵੀ ਹਾਂ ਸ਼ਹੀਦ ਸਿੰਘ ਆ ਗਏ। ਸੋ ਆਓ ਹੋਲੇ ਮਹੱਲੇ ਤੇ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਕੱਠੇ ਹੋਏ ਹਾਂ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਗੋਪਾਲ ਰਾਏ। ਬੰਦਨਾ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ, ਵੰਦਨਾ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਤਾਂ ਕੋਈ ਹੋਇਆ ਨਾ ਕੋਈ ਹੋਣਾ। ਸੋ ਆਓ ਪਹਿਲੇ ਹਿੱਸੇ ਵਿੱਚ ਦਾਸ ਬੋਲਿਆ ਕਰੇਗਾ, ਦੂਜੇ ਹਿੱਸੇ ਵਿੱਚ ਸਾਰੇ ਭਾਈ, ਤੀਜੇ ਹਿੱਸੇ ਵਿੱਚ ਬੀਬੀਆਂ, ਸਾਰਿਆਂ ਨੇ ਰਲ ਕੇ ਮਨ ਚਿੱਤ ਇਕਾਗਰ ਕਰਕੇ ਆਪਾਂ ਵੰਦਨਾ ਕਰਨੀ ਹੈ ਮਹਾਰਾਜ ਦੀ ਤੇ ਵੰਦਨਾ ਵੀ ਮਨ ਲਾ ਕੇ ਕਰਨੀ ਹੈ। ਮੈਂ ਤਾਂ ਇਹ ਪਹਿਲਾਂ 2-3 ਮਿੰਟ ਵਿਚਾਰਾਂ ਰੱਖੀਆਂ ਨੇ, ਥੋੜ੍ਹਾ ਜਿਹਾ ਸੋਚ ਕੇ ਦੇਖੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਕੇ ਕਿਤੇ ਆਪਣੇ ਤੇ ਨਿਗਾਹ ਪਾ ਦਿੱਤੀ ਨਾ, ਨਾਨਕ ਨਦਰੀ ਨਦਰ ਨਹੀਂ। ਇੱਕ ਗੁਰਸਿੱਖ ਦਾ ਜਦੋਂ ਨਿਤਨੇਮ ਕਰਦਾ ਉਹਦਾ ਇੱਕ ਨੇਮ, ਇੱਕ ਇਰਾਦਾ, ਕੋਈ ਸੋਚ ਹੋਣੀ ਚਾਹੀਦੀ ਹੈ ਵੀ ਮੈਨੂੰ ਕਿਤੇ ਮਹਾਰਾਜ ਦੇਖ ਲੈਣ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਦ ਸੁਣਦਾ ਸਦ ਵੇਖਦਾ, ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਆਪਾਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸਫਲਾ ਤਾਂ ਹੈ ਜੇ ਗੁਰੂ ਦੀ ਖੁਸ਼ੀ ਹੈ। ਤੇ ਆਪਾਂ ਵੰਦਨਾ ਕਰਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਚੇਤੇ ਕਰਕੇ, ਯਾਦ ਕਰਕੇ ਵੀ ਮਹਾਰਾਜ ਤੁਹਾਡੇ ਵਰਗਾ ਨਹੀਂ ਕੋਈ ਹੋਇਆ। ਸਾਰਿਆਂ ਨੇ ਰਲ ਕੇ, ਮੈਕ ਦੀ ਤਾਂ ਕੋਈ ਲੋੜ ਹੀ ਨਹੀਂ ਪੈਣੀ ਚਾਹੀਦੀ, ਪੂਰਾ ਜੇ ਇੱਕ ਘੰਟਾ ਆਪਾਂ ਮਹਾਰਾਜ ਦਾ ਜਸ ਗਾਉਣਾ ਤਾਂ ਬੜੇ ਪਿਆਰ ਦੇ ਨਾਲ। ਤੇ ਸੋਚੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਆਪਾਂ ਚੇਤੇ ਕਰੀਏ ਉਹਨਾਂ ਨੇ ਆਉਣਾ ਹੀ ਆਉਣਾ, ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੇ ਤੇ ਨਿਗਾਹ ਪੈ ਗਈ ਤੇ ਕਿੱਡੀ ਬੜੀ ਖੁਸ਼ੀ ਹੈ। ਤੇ ਜਿਹੜਾ ਆਪਾਂ ਇਹ ਸਮਾਗਮ ਕੀਤਾ ਸੰਤ ਬਾਬਾ ਗੁਰਮੀਤ ਸਿੰਘ ਜੀ ਅਮਰੀਕਾ ਵਾਲਿਆਂ ਨੇ, ਸਾਡੇ ਵੱਡੇ ਭਰਾ ਬਾਬਾ ਗੁਰਦਿਆਲ ਸਿੰਘ ਜੀ, ਬੜੇ ਸਤਿਕਾਰਯੋਗ ਪੂਰਾ ਗੁਰਮੁਖ ਪਰਿਵਾਰ, ਤੇ ਕਿੱਡੀ ਬੜੀ ਖੁਸ਼ੀ ਮਿਲਣੀ ਹੈ। ਇਹ ਸਾਰਾ ਜਿਹੜਾ ਸਮਾਗਮ ਕੀਤਾ ਮਹਾਰਾਜ ਦੀ ਨਿਗਾਹ ਪੈਣ ਨਾਲ ਹੀ ਸਫਲਾ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣ ਵੀ ਰਿਹਾ ਮਹਾਰਾਜ, ਸਦ ਸੁਣਦਾ ਸਦ ਵੇਖਦਾ, ਸੰਦਾਗ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਆਓ ਵੰਦਨਾ ਤੋਂ ਆਰੰਭਤਾ ਕਰੀਏ ਆਪਾਂ। ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਨਿਰੰਕਾਰ।
ਸਤ ਕਰਤਾਰ ਤਨ ਤਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਛਾਏ ਜਾਤੀ ਏਕਤਾ ਅਨੇਕਤਾ ਬਲਾਏ ਜਾਤੀ ਹੋਵਤੀ ਕੁਚੀਲ ਤਾਕਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇ ਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰਣਾ ਨਿਧਾਨ ਕੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਜਿਹਨੇ ਚਿੜੀਆਂ ਤੋਂ ਬਾਜ ਤੜਾਏ ਬੰਦਨਾ ਮੈਂ ਉਸ ਦੀ ਜਿਹਨੇ ਚਿੜੀਆਂ ਤੋਂ ਬਾਜ ਤੜਾਏ
श्री गुरु गोबिंद सिंह पावन परम सूर मूर्त न होती जो पै करना दान की गज के आखो सतनाम ना होते गुरु गोबिंद सिंह सुन्नत होती सब की। जे गुरु गोबिंद सिंह महाराज दुनिया ते ना आंदे सारे मुसलमान होने से। 9 साल दी उम्र पिता किनू नहीं चंगा लगता, पिता सारिआं नूं प्यारा हुंदा, बच्चे सारिआं नूं प्यारे ने। कह देना पिता जी तुहाडे तो वड्डा महापुरख दुनिया ते कोई हो नहीं सकता। गज के आखो सतनाम वाहिगुरु। जदों गुरु तेग बहादुर महाराज जी कश्मीरी पंडित आके जदों मत्था टेकते ने रोई जांदे ने, मत्था टेक के पिछे हटके उबां मार मार रोंदे ने, अंदरों रोंदे ने, महाराज दुख जानदे ने। कट कट के अंतर की जानत, भले बुरे की पीर पछाणत। 9 साल दी उम्र गोविंद राय जी, गुरु गोबिंद सिंह महाराज का पहला नाम। साह संगत जी पिता जी इन्हां नूं की दुख है? महाराज कहिंदे लाल जी
कोई महापुरख चाहिए जेड़ा बलिदान दे तां इन्हां दा दुख दूर हो सकता है। कहन लगे पिता जी तुहाडे तो वड्डा महापुरख दुनिया ते कोई हो नहीं सकता, गज के आखो सतनाम सतनाम श्री वाहिगुरु। चारे पुत्र वार दिते, माता वार दिती, जाना तो प्यारे सिंह वार दिते, बाई जी परिवार दे वारे, जाना तो प्यारे सिंह वारे, सा संगत ना गुरु गोबिंद सिंह महाराज वर्गा कोई पहला होया ते ना कोई होना, गज के आखो सतनाम श्री वाहिगुरु। ते अपना प्यार किन्ना कु होना चाहिदा अपने गुरु दे नाल, जिथे गुरु की गल होवे उथे सब कुछ छड़ देना चाहिदा, उस्तत करो सदा प्रभ अपने जिन पूरी कल राखी, जी जंत सब भय पवित्रा सतगुर की सासा। उस्तत करिए गुरु नानक साहब दी, उस्तत करिए गुरु गोबिंद सिंह महाराज दी, उस्तत करिए गुरु ग्रंथ साहब महाराज दी, खाण नू आपां नू देण गुरु नानक साहब, उस्तत करिए किसी होर दी ओह गल नहीं बनती, जिहदी जिहदा खाइए उस्तत भी ओहदी बनती है। जय प्रसाद छत्ती अमृत खाए तिस ठाकर को रख मन माहे। छत्ती प्रकार दे पदार्थ आपां नू गुरु नानक साहब ने दिते, गुरु नानक गुर गोबिंद रूप पूर्ण गुर अवतार, छे तरह के अवतार ने, गुरु नानक साहब ते गुरु गोबिंद सिंह महाराज इन्हां नू पूरनतम अवतार कहा। पूरनतम कोई दो कला लेके आया, कोई चार कला लेके आया, सब सत्कार योग ने, कोई 14 कला, कृष्ण महाराज की बाबत आया 16 कला संपूर्ण फलिया 16 कला, ते गुरु नानक साहब की बाबत आया अंत कला होए ठाकर चढ़िया, गज के आखो सतनाम वाहिगुरु। कलयुग विच नेरा ज्यादा वध गया सी, करोड़ां कला इत्थे अंत ही कोई नहीं, जिहड़ा गुरु नानक साहब का शरीर है ना वो अपने वर्गा शरीर नहीं है, ध्यान देना। अजकल कहिंदे भी गुरु नानक साहब कि अपने वर्गे ही सी, आम आम नहीं गुरु हुंदा, गुरु खास हुंदा, आम बंदे थोड़ा ताकत हुंदी है। जो गुरु नानक साहब की एक निगाह पई, कहा थोड़ा कुछ जाके खलो के कौडे राक्ष ते एक निगाह पाई, नानक नदरी नदर निहाल, कौडे राक्ष ते एक निगाह पाई ना महाराज ने उहदा जीवन ही बदल दिता। जिहड़े कड़ाहे दे विच बंदे तलदा सी उथे गुरु का लंगर पकन लग गया, गज के आखो सतनाम श्री वाहिगुरु। कोई गलत नहीं कीती कौडे राक्ष दे नाल, उहदा भला करन वास्ते महाराज ने कौतक कीता, भूमिए चोर का उधार किया, सज्जन ठग दी उहदा जीवन बदल दिता, भूमिए चोर की चोरी छड़ा दिती, बली गंधारी का हंकार दूर किया, रोहेलिया का पानी भरिया, सारी दुनिया के भले वास्ते महाराज अपना आप लुटा दिता। गुरु तो विलखण शख्सियत है, वखरा, ते गुरु रामदास जी महाराज की किसी ने बराबरी कर लेनी है, नहीं कर सकता कोई। हरिमंदर साहब की बराबरी किसी ने कर लेनी है, नहीं कर सकता। ते जिहड़ी सरोवर की बराबरी किसी ने कर लेनी है, नहीं कर सकता। मैं गुरबाणी दे विच मैं किसी की निंदा नहीं करता, पर मैनू बड़ा दुख लगता भी जेदा खाइए ना उहदी निंदा नहीं करनी चाहिए। बाणी पढ़ो, बाणी विच की लिखिया, रामदास सरोवर नहाते सब उतरे पाप कमाते, सीधा अर्थ है। संत अतर सिंह मस्तुआणा साहब वाले नूं किसे ने पुछया, कहिंदा जां तू मेरे वल है तां क्या मुछंदा, इहदे की अर्थ ने, सिद्धे सौखे अर्थ दस्से। जिहड़े भजन बंदगी करदे उह बल विंग नहीं पाउंदे, बल विंग वाले नूं परमात्मा मिलदा नहीं। चतराई ना चतर भुज पाई दा, भोले भौ मिले रगराया, ध्यान देना। भोलियां नूं रब मिलदा, सिद्धियां नूं मिलदा, विंगे होके जावांगे रब नहीं कदे मिलदा।
ਸੰਤ ਅਤਰ ਸਿੰਘ ਜੀ ਨੂੰ ਪੁੱਛਿਆ ਮਸਤੂਆਣਾ ਸਾਹਿਬ ਵਾਲੇ 101 ਜਪਜੀ ਸਾਹਿਬ ਦਾ ਪਾਠ ਗੋਦਾਵਰੀ ਨਦੀ ਦੇ ਕਿਨਾਰੇ ਪਾਣੀ ਦੇ ਵਿੱਚ ਖੜ ਕੇ ਹੁਣ ਅਸੀਂ ਹਜ਼ੂਰ ਸਾਹਿਬ ਗਏ ਸੀ ਉੱਥੇ ਸਥਾਨ ਦੇ ਦਰਸ਼ਨ ਕਰਕੇ ਆਏ ਹਾਂ 101 ਪਾਠ ਗੋਦਾਵਰੀ ਨਦੀ ਦੇ ਕਿਨਾਰੇ ਪਾਣੀ ਦੇ ਵਿੱਚ ਖੜ ਕੇ ਕਰਿਆ ਕਰਦੇ ਸੀ ਦੁਨੀਆਂ ਦੇ ਭਲੇ ਵਾਸਤੇ ਸਾਧ ਸੰਗਤ ਮਹਾਂਪੁਰਖਾਂ ਦਾ ਪਰਿਵਾਰ ਪਤਾ ਕੌਣ ਹੁੰਦਾ ਸਾਰੀ ਦੁਨੀਆ ਗੱਜ ਕੇ ਆਖੋ ਸਤਨਾਮ ਸ੍ਰੀ ਮਹਾਂਪੁਰਖ ਜੇ ਤਪ ਕਰਦੇ ਨੇ ਕੋਈ ਹੋਰ ਸਾਧਨ ਕਰਦੇ ਨੇ ਬੰਦਗੀ ਕਰਦੇ ਨੇ ਦੁਨੀਆਂ ਵਾਸਤੇ ਕਿਤੇ ਦੁਨੀਆਂ ਦਾ ਭਲਾ ਹੋ ਜਾਵੇ ਕਿਤੇ ਕੋਈ ਟੁੱਟੀ ਹੋਈ ਰੂਹ ਗੁਰੂ ਨਾਨਕ ਨਾਲ ਜੁੜ ਜਾਵੇ ਉਹ ਕੋਈ ਮੂਲ ਮੰਤਰ ਨਾਲ ਜੁੜ ਜਾਵੇ ਕੋਈ ਜਪਜੀ ਸਾਹਿਬ ਨਾਲ ਜੁੜ ਜਾਵੇ ਕੋਈ ਸੁਖਮਨੀ ਸਾਹਿਬ ਨਾਲ ਜੁੜ ਜਾਵੇ ਇਹੀ ਲਾਹਾ ਸਾਧ ਸੰਗਤ ਡਿਊਟੀ ਕੀ ਹੈ ਮਹਾਂਪੁਰਖਾਂ ਦੀ ਆਓ ਪੜੋ ਪਿਆਰ ਦੇ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ ਸਰੋਵਰ ਹੈ ਉਹ ਆਮ ਨਹੀਂ ਹੈ ਖਾਸ ਹੈ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀਕਾ ਬੜੇ ਸੌਖੇ ਅਰਥ ਨੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਰੋਵਰ ਵਿੱਚ ਜੇ ਆਪਾਂ ਇਸ਼ਨਾਨ ਕਰ ਲਿਆ ਨਾ ਆਪਣਾ ਆਧਾਰ ਤਾਂ ਹੋਣਾ 21 ਕੁੱਲਾਂ ਵੀ ਤਰ ਜਾਣੀਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਬਾਣੀ ਕਹਿੰਦੀ ਹੈ ਤੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੀਰ ਆਮ ਥੋੜਾ ਕੋਈ ਆਪਾਂ ਲੈਂਦੇ ਹਾਂ ਜਨਮ ਆਪਾਂ ਮਰਨਾ ਵੀ ਹੈ ਜਨਮ ਵੀ ਲੈਂਦੇ ਹਾਂ ਤੇ ਮਰਨਾ ਵੀ ਸਰੀਰ ਨੇ ਜਨਮ ਲੈਣਾ ਤੇ ਮਰਨਾ ਗੁਰੂ ਦਾ ਕਿਤੇ ਜਨਮ ਥੋੜਾ ਹੁੰਦਾ ਗੁਰੂ ਦਾ ਹੁੰਦਾ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤਾਂ ਹੀ ਪ੍ਰਕਾਸ਼ ਹਮਾਰਾ ਪਇਓ
ਬਾਣੀ ਕਹਿੰਦੀ ਪਟਨਾ ਸ਼ਹਿਰ ਵਿਖੇ ਪਵਲੇ। ਗੁਰੂ ਦਾ ਸਾਹ ਸੰਗਤ ਪ੍ਰਕਾਸ਼ ਹੁੰਦਾ, ਜਨਮ ਨਹੀਂ ਹੁੰਦਾ, ਤੇ ਜੇ ਪ੍ਰਕਾਸ਼ ਹੋਇਆ ਫਿਰ ਸਰੀਰ ਵੀ ਆਮ ਨਹੀਂ, ਆਮ ਥੋੜਾ ਸਰੀਰ ਹੈ, ਕੋਈ ਸੰਸਕਾਰ ਥੋੜਾ ਸਰੀਰ ਦਾ ਹੋਣਾ। ਮਹਾਰਾਜ ਦੇਹ ਸਮੇਤ ਘੋੜੇ ਤੇ ਬੈਠ ਕੇ ਸੱਚਖੰਡ ਨੂੰ ਗਏ ਸੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣ ਤੋਂ ਬਾਅਦ ਵੀ ਬਾਲਾ ਰਾਓ ਤੇ ਰੁਸਤਮ ਰਾਓ ਨੂੰ ਸਤਾਰੇ ਕਿਲੇ ਵਿੱਚੋਂ ਮਹਾਰਾਜ ਛਡਾ ਕੇ ਲਿਆਏ ਸੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਮ ਬੰਦਾ ਛਡਾ ਲੇਗਾ? ਨਹੀਂ ਛਡਾ ਸਕਦਾ, ਆਮ ਤਾਂ ਆਮ ਹੀ ਹੈ। ਜਿਹੜੇ ਗੁਰੂ ਮਹਾਰਾਜ ਨੇ ਨਾ ਆਪਣੇ, ਜੇ ਉਹਨਾਂ ਦੀ ਨਿਗਾਹ ਵੀ ਪੈ ਗਈ, ਮਹਾਰਾਜ ਕਹਿੰਦੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਿੜਾਇਆ, ਹੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰਿਆ। ਗੁਰੂ ਦੀ ਐਡੀ ਪਾਵਰ ਆ ਵੀ ਜਿੰਨੇ ਵਿਘਨ ਉਹ ਵੀ ਦੂਰ, ਵਿਘਨ ਵਿਨਾਸ਼ਨ ਵਿਘਨ ਦੂਰ, ਸਭ ਦੁੱਖ ਨਾਸ਼ਨ ਸਾਰੇ ਦੁੱਖ ਦੂਰ, ਸਤਿਗੁਰ ਨਾਮ ਦਿੜਾਇਆ, ਵਾਹਿਗੁਰੂ ਨਾਮ ਦ੍ਰਿੜ ਹੋ ਜਾਂਦਾ ਅੰਦਰ। ਖੋਏ ਪਾਪ ਪਏ ਸਭ ਪਾਵਨ, ਸਾਰੇ ਪਾਪ ਦੂਰ ਹੋ ਜਾਂਦੇ, ਪਾਵਨ ਪਵਿੱਤਰ ਹੋ ਜਾਂਦਾ ਇਨਸਾਨ, ਤੇ ਸਾਰੇ ਸੁਖ ਘਰ ਵਿੱਚ ਆ ਜਾਂਦੇ ਨੇ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਮਹਾਰਾਜ ਨੇ ਵੱਖਰਾ ਬਾਣਾ ਦਿੱਤਾ, ਵੱਖਰਾ ਸਰੂਪ ਦਿੱਤਾ ਖਾਲਸੇ ਨੂੰ। ਇਹ ਦੁਨੀਆਂ ਤੇ ਪਹਿਲੀ ਵਾਰੀ ਹੋਇਆ ਵੀ ਗੁਰੂ ਕਹੇ ਦੇ ਸਿੱਖ ਨੂੰ ਤੂੰ ਮੇਰੇ ਵਰਗਾ। ਗੱਜ ਕੇ ਆਖੋ ਸਤਨਾਮ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦੁਨੀਆਂ ਤੇ ਅੱਜ ਤੱਕ ਕਿਸੇ ਗੁਰੂ ਨੇ ਚੇਲੇ ਨੂੰ ਥੋੜਾ ਕਿਹਾ ਵੀ ਤੂੰ ਮੇਰੇ ਵਰਗਾ। ਗੁਰੂ ਕਹਿੰਦਾ ਵੀ ਜਿਹੜੇ ਮੈਂ ਕੱਪੜੇ ਪਾ ਲਵਾਂ ਕਿਤੇ ਚੇਲਾ ਥੋੜਾ ਪਾ ਲੇਗਾ ਉਹ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜੇ ਆਪਾਂ ਅੰਮ੍ਰਿਤ ਛਕ ਲਿਆ ਨਾ ਸਾਹ ਸੰਗਤ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਹਿਣਾ ਮੰਨ ਲਿਆ, ਤਾਂ ਸਾਹ ਸੰਗਤ ਗੁਰੂ ਮਹਾਰਾਜ ਨੇ ਆਪਾਂ ਨੂੰ ਆਪਣਾ ਹੀ ਰੂਪ ਦਿੱਤਾ। ਗੱਜ ਕੇ ਆਖੋ ਸਤਨਾਮ। ਰੂਪ ਕਿਹੜਾ ਦਿੱਤਾ? ਸ਼ੇਰਾਂ ਵਾਲਾ, ਬਾਣਾ ਵੀ ਸ਼ੇਰਾਂ ਵਾਲਾ। ਆਓ ਵੱਡੇ ਮਹਾਂਪੁਰਖ ਪੜ੍ਹਿਆ ਕਰਦੇ ਸੀ ਹੋਲੇ ਮਹੱਲੇ ਤੇ, ਜਦੋਂ ਸਿੰਘਾਂ ਦੇ ਨਾਲ ਮਹਾਰਾਜ ਹੋਲਾ ਮਹੱਲਾ ਜਦੋਂ ਆਉਣਾ, ਸਿੰਘਾਂ ਨੇ ਬੜੀਆਂ ਤਿਆਰੀਆਂ ਕਰਨੀਆਂ, ਬੜੇ ਬੜੇ ਸੋਹਣੇ ਸ਼ਸਤਰ, ਸੋਹਣੇ ਬਾਣੇ ਪਾ ਕੇ ਦਗ ਦਗ ਚਿਹਰੇ ਕਰਨੇ। ਦੇਖੋ ਕੈਸਾ ਆਨੰਦ ਹੋਣਾ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਅਸਲੀ ਆਨੰਦ ਤਾਂ ਗੁਰੂ ਦੇ ਨਾਲ ਜੁੜਿਆ ਹੀ ਆਉਂਦਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਚਿਹਰੇ ਤੋਂ ਪਤਾ ਲੱਗਦਾ ਵੀ ਗੁਰੂ ਦਾ ਆਨੰਦ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਪਾਇਆ। ਐਵੇਂ ਨੀ ਮਹਾਰਾਜ ਨੇ ਕਿਹਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਮੈਂ ਐਸੇ ਐਸੇ ਬੰਦੇ ਦੇਖੇ ਜਿਹੜੇ ਪੰਜ ਪੰਜ ਦਸ ਦਸ ਲੱਖ ਰੁਪਇਆ ਮਹੀਨੇ ਦਾ ਕਮਾਉਂਦੇ ਪਰ ਖੁਸ਼ੀ ਨੀ ਹੈ ਚਿਹਰੇ ਤੇ। ਉਹਨਾਂ ਨੂੰ ਪੁੱਛਿਆ ਤੁਸੀਂ ਖੁਸ਼ ਨਹੀਂ ਹੁੰਦੇ? ਕਹਿੰਦੇ ਨੀਂਦ ਹੀ ਨਹੀਂ ਆਉਂਦੀ, ਫਿਕਰ ਬੜਾ। ਫਿਕਰ ਪਤਾ ਕਾਹਦਾ? ਵੀ ਕੱਲ ਨੂੰ ਪਤਾ ਨੀ ਕੀ ਬਣਨਾ। ਮਹਾਰਾਜ ਕਹਿੰਦੇ ਬੇਲ ਮੱਛੀ ਕਿੱਡੀ ਬੜੀ ਹੁੰਦੀ ਹੈ। ਆ ਜਿੱਡੇ ਆਪਾਂ ਬੈਠੇ ਹਾਂ ਹਾਲ ਦੇ ਵਿੱਚ, ਐਡੀ ਐਡੀਆਂ ਬੇਲ ਮੱਛੀਆਂ ਫਿਰਦੀਆਂ ਸਮੁੰਦਰ ਦੇ ਵਿੱਚ, ਕਿੱਡਾ ਬੜਾ ਢਿੱਡ ਹੈ। ਇਹ ਪਰਮੇਸ਼ਰ ਨੇ, ਗੁਰੂ ਨਾਨਕ ਸਾਹਿਬ ਨੇ ਉਹਦਾ ਢਿੱਡ ਵੀ ਭਰਨਾ, ਤੇਰਾ ਢਿੱਡ ਤਾਂ ਹੈ ਹੀ ਛੋਟਾ ਜਿਹਾ, ਦੋ ਰੋਟੀਆਂ ਜਿੰਨਾ, ਤੇ ਤੂੰ ਕੱਲ ਦਾ ਫਿਕਰ ਕਰਦਾ। ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ ਜਲ ਵਿੱਚ ਜਾਂਦੋ ਪਾਇਨ ਤੇ ਨਾ ਵੀ ਰੋਜੀ ਦੇ। ਬੰਦਿਆਂ ਨੂੰ ਫਿਕਰ ਲੱਗਿਆ ਹੋਇਆ ਮੇਰਾ ਪਤਾ ਨੀ ਕੀ ਬਣ ਜਾਣਾ। ਮਹਾਰਾਜ ਕਹਿੰਦੇ ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜਾਂਦੋ ਪਾਏ ਤਾਂ ਕਾਰਜ ਕਾਗਿਆ ਕਰ ਤਰਿਆ। ਉਹਦਾ ਪੱਥਰਾਂ ਚ ਕੀੜਿਆਂ ਨੂੰ ਪਾਲਦਾ। ਤੇ ਸਤਸੰਗਤ ਦੀ ਬਾਬਤ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ।
ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ। ਗੁਰੂ ਦੀ ਕਿਰਪਾ ਨਾਲ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਤੋਂ ਬਿਨਾਂ ਪਰਮ ਪਦਵੀ ਨਹੀਂ ਮਿਲਦੀ। ਜਦੋਂ ਤੱਕ ਗੁਰੂ ਨਾਨਕ ਦੀ ਮਿਹਰ ਨਹੀਂ ਨਾ ਹੁੰਦੀ ਬੰਦਾ ਟਿਕਾਣੇ ਤੇ ਨਹੀਂ ਪਹੁੰਚਦਾ। ਪਰ ਮਿਹਰ ਤਾਂ ਹੋਵੇਗੀ ਜੇ ਆਪਾਂ ਗੁਰੂ ਦੀ ਉਸਤਤ ਕਰਾਂਗੇ। ਸਤਸੰਗ ਵਿੱਚ ਕਦੇ ਵੀ ਸਾਧ ਸੰਗਤ ਨਿੰਦਿਆ ਨਹੀਂ ਹੋਣੀ ਚਾਹੀਦੀ। ਜਿਹੜੀ ਨਿੰਦਿਆ ਨਾ ਇਹ ਬੰਦੇ ਨੂੰ ਬਹੁਤ ਦੂਰ ਲੈ ਕੇ ਜਾਂਦੀ ਹੈ। ਮਹਾਰਾਜ ਕਹਿੰਦੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਏਕ ਨਾਮ ਹੁਕਮ ਹੈ ਨਾਨਕ ਗੁਰਮੁਖ ਦੀ ਆ ਬਜਾਏ ਜੀਓ। ਕਿਉਂ ਕਿਸੇ ਨੂੰ ਮਾੜਾ ਕਹਿੰਦੇ ਹਾਂ, ਕਿਉਂ ਕਿਸੇ ਦੀ ਨਿੰਦਿਆ ਕਰਦੇ ਹਾਂ? ਦਸ ਗੁਰੂਆਂ ਦਾ ਇਤਿਹਾਸ ਕਿੰਨਾ ਵੱਡਾ, ਉਸਤਤ ਕਰੋ ਗੁਰੂ ਦੀ। ਉਸਤਤ ਕਰਾਂਗੇ ਸਾਰੇ ਦੁੱਖ ਦੂਰ ਹੋ ਜਾਣੇ, ਤੇ ਜੇ ਆਪਾਂ ਨਿੰਦਿਆ ਕਰਾਂਗੇ ਉਹ ਬਹੁਤ ਵੱਡਾ ਪਾਰ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਪਿਆਰ ਕਰਦੇ ਸੀ, ਸਭ ਤੋਂ ਪਹਿਲਾਂ ਭੀਖਮ ਸ਼ਾਹ ਨੂੰ ਦਰਸ਼ਨ ਦਿੱਤੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਮੁਸਲਮਾਨ ਸੀ ਭੀਖਮ ਸ਼ਾਹ। ਮਹਾਰਾਜ ਨੂੰ ਨੀ ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਪਾਰਸੀ ਹੈ, ਯਹੂਦੀ ਹੈ, ਨਾ ਨਾ, ਉਹਨੂੰ ਪ੍ਰੇਮ ਨਾਲ। ਮਹਾਰਾਜ ਕਹਿੰਦੇ ਸੁਣ ਲਓ ਦੁਨੀਆ ਵਾਲਿਓ, ਸਾਚ ਕੂ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਮਹਾਰਾਜ ਨੂੰ ਪਾ ਲਿਆ। ਪੀਰ ਬੁੱਧੂ ਸ਼ਾਹ ਤੇ ਕਿੱਡੀ ਕਿਰਪਾ ਕੀਤੀ, ਕੀ ਮੰਗਿਆ ਪੀਰ ਬੁੱਧੂ ਸ਼ਾਹ ਨੇ? ਮਹਾਰਾਜ ਖੁਸ਼ ਹੋ ਕਹਿੰਦੇ ਦੱਸ ਕੀ ਚਾਹੀਦਾ। ਕੇਸ ਵਾਹੁੰਦੇ ਪਏ ਸੀ ਮਹਾਰਾਜ, ਕੀ ਮੰਗਿਆ ਪੀਰ ਬੁੱਧੂ ਸ਼ਾਹ ਨੇ? ਮਹਾਰਾਜ ਆ ਕੇਸ ਮੈਨੂੰ ਦੇ ਦੇ। ਉਹ ਕੰਘਾ ਤੇ ਕੇਸ ਉਹ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਗਨੀ ਖਾਂ ਦੇ ਨਬੀ ਖਾਂ ਨੇ ਪਲੰਘ ਚੁੱਕਿਆ ਤੇ ਮਹਾਰਾਜ ਨੇ ਲਿਖਿਆ ਇੱਕ ਲਿਖਤ ਦੇ ਵਿੱਚ, ਲਖਨੌਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕੇ ਨੇ, ਲਖਨੌਰ ਸਾਹਿਬ, ਉੱਥੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਹ ਵੀ ਮੰਜੀ ਸਾਹਿਬ ਦੇਖੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਰਾਮ ਕਰਿਆ ਕਰਦੇ ਸੀ ਬਚਪਨ ਦੇ ਵਿੱਚ। ਜਦੋਂ ਸਿਰ ਰੱਖਿਆ ਨਾ ਵਿਰਾਗ ਸ਼ੁਰੂ ਹੋ ਗਿਆ ਵੀ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਰਾਮ ਕਰਿਆ ਕਰਦੇ ਸੀ। ਮਾਤਾ ਗੁਜਰ ਕੌਰ ਉਹਨਾਂ ਦਾ ਪਲੰਘ ਦੇਖਿਆ। ਸਾਧ ਸੰਗਤ ਉੱਥੇ ਹੁਕਮਨਾਮਾ ਮਹਾਰਾਜ ਨੇ ਕੀ ਲਿਖਿਆ? ਗਨੀ ਖਾਂ ਤੇ ਨਬੀ ਖਾਂ ਮੇਰੇ ਫਰਜੰਦ ਨੇ। ਫਰਜੰਦ ਕਹਿੰਦੇ ਪੁੱਤਰ, ਇਹਨਾਂ ਨੇ ਪਲੰਘ ਚੁੱਕਿਆ, ਪੁੱਤਰ ਹੋ ਕੇ ਸੇਵਾ ਕੀਤੀ ਹੈ। ਜਿਹੜਾ ਗੁਰਮੁਖ ਪਿਆਰਾ ਮੇਰਾ ਸਿੰਘ ਇਹਨਾਂ ਦਾ ਸਤਿਕਾਰ ਕਰੇਗਾ ਉਹ ਸਿੱਧਾ ਸੱਚਖੰਡ ਧਾਮ ਨੂੰ ਜਾਵੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਕਰਾਮਾਤਾਂ ਤਾਂ ਰੋਜ਼ ਹੀ ਹੁੰਦੀਆਂ, ਕੋਈ ਨਹੀਂ ਮੰਨਦਾ ਉਹ ਵੱਖਰੀ ਗੱਲ ਹੈ। ਕਰਾਮਾਤਾਂ ਤਾਂ ਗੁਰੂ ਦੇ ਨਾਲ ਜੇ ਆਪਾਂ ਉਹਦਾ ਸਿਮਰਨ ਕਰਾਂਗੇ, ਜਪਜੀ ਸਾਹਿਬ ਕਰਾਂਗੇ, ਸੁਖਮਨੀ ਸਾਹਿਬ ਕਰਾਂਗੇ, ਮੂਲ ਮੰਤਰ ਦਾ ਜਾਪ ਕਰਾਂਗੇ, ਤੁਹਾਡੇ ਨਾਲ ਰੋਜ਼ ਹੀ ਕਰਾਮਾਤਾਂ ਹੋਣੀਆਂ, ਕਿੰਨੀਆਂ ਕੁ ਲਿਖ ਲਾਂਗੇ ਆਪਾਂ। ਪਰ ਇਹ ਜੇ ਗੁਰੂ ਨਾਲ ਜੁੜਾਂਗੇ ਤੇ ਗੁਰੂ ਮਹਾਰਾਜ ਨੇ ਆਪਣਾ ਰੂਪ ਦਿੱਤਾ ਤੇ ਖਾਲਸੇ ਨਾਲ ਜਦੋਂ ਹੋਲਾ ਖੇਡਦੇ ਸੀ ਮਹਾਰਾਜ, ਚੱਕਰ ਚਹਿਨ ਯਾਰ ਵਰਨ ਜਾਤ ਯਾਰ ਪਾਤਨ ਹੈ ਜੇ, ਰੂਪ ਰਾਂਗਰ ਰੇਖ ਪੇ ਕੋ ਕਹਿ ਨਾ ਸਕਤ ਕੇ, ਅਚਲ ਮੂਰਤਨ ਪਉ ਪ੍ਰਕਾਸ਼ ਮਤੋਚ ਕਹੀ ਜੈ, ਕੋਟ ਇੰਦਰ ਇੰਦਰਾਣ ਸਾਹ ਸਹਾਣ ਗਣੀ ਜਤਰੇ ਭਵਨ ਮਹੀਪ ਸੁਰ ਨਰ ਅਸਰ, ਨੇਤ ਨੇਤ ਬਣ ਤਣ ਕਹਿਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਨਾ। ਰਾਜਿਆਂ ਦੇ ਰਾਜੇ ਮਹਾਰਾਜ, ਰਾਜਾ ਨਾ ਰਾਜ, ਪਾਨਾ ਨਾ ਪਾਨ, ਦੇਵਾ ਨਾ ਦੇਵ ਉਪਮਾ ਮਹਾਨ, ਇੰਦਰਾ ਨਾ ਇੰਦਰ, ਬਾਲਾ ਨਾ ਬਾਲ, ਰੰਕਾ ਨਾ ਰੰਕਾਲਾ ਨਾ, ਇੰਦਰਾ ਦੇ ਵੀ ਇੰਦਰ, ਰਾਜਿਆਂ ਦੇ ਰਾਜੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜਦੋਂ ਸਿੰਘਾਂ ਵਿੱਚ ਆਏ ਮਹਾਰਾਜ, ਚੱਕਰ ਚਹਿਨ ਵਰਨ ਰੂਪ ਤੇਰਾ ਤੱਕਿਆ ਨਾ ਜਾਵੇ ਵਾਹਿਗੁਰੂ।
ਸੁਣਾਉਣੀ ਪਰਮੇਸ਼ਰ ਦੀ ਮਹਾਰਾਜ ਦਾ ਜਸ ਗਾਉਣਾ ਤੇ ਦੇਵਤੇ ਵੀ ਮਹਾਰਾਜ ਦੇ ਦਰਸ਼ਨ ਕਰਨ ਨੂੰ ਸਵਰਗਾਂ ਤੋਂ ਉਤਰ ਕੇ ਆਇਆ ਕਰਦੇ ਸੀ। ਕਈ ਵਾਰੀ ਨਾਰਦ ਮੁਨੀ ਜੀ ਵੀ ਦਰਸ਼ਨਾਂ ਨੂੰ ਆਏ। ਸਾਧ ਸੰਗਤ ਉਹ 52 ਕਵੀਆਂ ਦੇ ਵਿੱਚੋਂ ਇੱਕ ਵੈਦ ਸੁਜਾਨ ਉਹ ਵੀ ਹੁੰਦਾ ਸੀ। ਸਾ ਸੰਗਤ 52 ਕਵੀਆਂ ਚੋਂ ਜਿਹੜਾ ਵੈਸ ਜਾਨ ਦਾ ਇੱਕ ਦੋਸਤ ਸੀ ਉਹਨੇ ਆ ਕੇ ਵੈਸ ਜਾਨ ਨੂੰ ਕਹਿਣਾ, ਵੈਸ ਜਾਨ ਕਿਤੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰ ਲਵੇ ਤੈਨੂੰ ਆਨੰਦ ਆ ਜਾਵੇ। ਕਹਿੰਦਾ ਮੈਨੂੰ ਪਹਿਲਾਂ ਹੀ ਬੜਾ ਆਨੰਦ ਆ। ਕਹਿੰਦਾ ਅਜੇ ਉਹ ਆਨੰਦ ਨਹੀਂ ਆਇਆ ਜਿਹੜਾ ਆਉਣਾ ਚਾਹੀਦਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪ੍ਰਸ਼ਾਦਾ ਛਕ ਲਈਏ ਥੋੜੇ ਚਿਰ ਵਾਸਤੇ ਆਨੰਦ ਹੈ, ਕੋਈ ਵਸਤੂ ਮਿਲ ਗਈ ਉਹਦਾ ਥੋੜੇ ਚਿਰ ਵਾਸਤੇ ਆਨੰਦ ਹੈ, ਤੇ ਸਦਾ ਆਨੰਦ ਕਿਹੜਾ? ਆਨੰਦ ਮਹਾਆਨੰਦ ਬ੍ਰਹਮ ਆਨੰਦ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ। ਅਸਲੀ ਆਨੰਦ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਗੁਰੂ ਨਾਲ ਮਿਲਣ ਕਰਕੇ ਹੁੰਦਾ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਮੂਲ ਮੰਤਰ ਦਾ ਜਾਪ ਕੀਤਾ, ਜਦੋਂ ਗੁਰੂ ਨਾਨਕ ਸਾਹਿਬ ਮਿਲ ਗਏ ਨਾ, ਉਦੋਂ ਆਨੰਦ ਆ ਗਿਆ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਦਰਸ਼ਨ ਪਰਸੀਏ ਗੁਰੂ ਕਾ ਜਨਮ ਮਰਨ ਦੁਖ ਜਾਏ, ਦਰਸ਼ਨ ਦੇਖ ਜਿਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਪਹਿਲਾਂ ਜਿਹੜੇ ਸਿੱਖ ਹੁੰਦੇ ਸੀ ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਿਆ ਕਰਦੇ ਸੀ, ਪੁਰਾਤਨ ਸਿੱਖ। ਭਾਈ ਗੁਰਬਖਸ਼ ਸਿੰਘ ਜੀ ਹੋਏ ਉਹ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਸੀ। ਮਹਾਰਾਜ ਨੰਦੇੜ ਸਾਹਿਬ ਨੂੰ ਜਾਣ ਲੱਗੇ, ਦੋਵੇਂ ਹੱਥ ਬੰਨ ਕੇ ਖਲੋ ਗਿਆ, ਮਹਾਰਾਜ ਮੈਨੂੰ ਵੀ ਨਾਲ ਲੈ ਕੇ ਚੱਲੋ।
ਤੇ ਉਧਰ ਉਹਦੀ ਮਾਤਾ ਖਲੋ ਗਈ ਇੱਕੋ ਇੱਕ ਪੁੱਤਰ ਸੀ ਮਾਤਾ ਕਹਿੰਦੀ ਮਹਾਰਾਜ ਮੇਰੀ ਵੀ ਸੁਣ ਲਓ ਮਹਾਰਾਜ ਕਹਿੰਦੇ ਹਾਂ ਮਾਤਾ ਜੀ ਦੱਸੋ ਇੱਕੋ ਇੱਕ ਮੇਰਾ ਪੁੱਤਰ ਜੇ ਇਹ ਵੀ ਚਲਿਆ ਗਿਆ ਮੈਂ ਕਿਹਦੇ ਸਹਾਰੇ ਜੀਵਾਂਗੀ ਮਹਾਰਾਜ ਕਹਿੰਦੇ ਭਾਈ ਗੁਰਬਖਸ਼ ਸਿੰਘ ਤੂੰ ਆਪਣੀ ਮਾਤਾ ਦੀ ਸੇਵਾ ਕਰ ਪਰ ਮਹਾਰਾਜ ਮੇਰਾ ਇੱਕ ਕੌਲ ਹੈ ਕਿਹੜਾ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਕੇ ਫਿਰ ਪ੍ਰਸ਼ਾਦਾ ਛਕਦਾ ਇੱਕ ਨੇਮ ਬਣਾਇਆ ਮੇਰਾ ਦਰਸ਼ਨ ਕਿੱਦਾਂ ਹੋਣਗੇ ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਕੇ ਮੈਨੂੰ ਯਾਦ ਕਰਨਾ ਤੈਨੂੰ ਰੋਜ਼ ਮੇਰੇ ਦਰਸ਼ਨ ਹੋਇਆ ਕਰਨਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਅਕਾਲ ਸਾਧ ਸੰਗਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਉਹ ਲਿਖਦੇ ਨੇ ਇੱਕ ਕਹਿੰਦੇ ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਂ ਸੀ ਭਾਈ ਰਾਮ ਕੋਇਰ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਮਹਾਰਾਜ ਨੇ ਨਾਮ ਰੱਖਿਆ ਇੱਕ ਮਾਤਾ ਸਾਹਿਬ ਕੌਰ ਜੀ ਇਹਨਾਂ ਦਾ ਬੜਾ ਪੱਕਾ ਨੇਮ ਸੀ ਸਾਰੇ ਗੁਰਸਿੱਖ ਵੈਸੇ ਸਿੰਘ ਮਹਾਰਾਜ ਨੂੰ ਪਿਆਰ ਕਰਦੇ ਸੀ ਇਹਨਾਂ ਦੋਨਾਂ ਬਾਰੇ ਜ਼ਿਆਦਾ ਆਇਆ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਤਾ ਜੀ ਇਹ ਜਦੋਂ ਇਹਨਾਂ ਦੋਨਾਂ ਨੂੰ ਮਹਾਰਾਜ ਨੇ ਕਿਹਾ ਸੀ ਇੱਕ ਭਾਈ ਗੁਰਬਖਸ਼ ਸਿੰਘ ਜੀ ਨੂੰ ਇੱਕ ਮਾਤਾ ਜੀ ਨੂੰ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਜਦੋਂ ਸਾਨੂੰ ਯਾਦ ਕਰੋਗੇ ਨਾ ਅਸੀਂ ਤੁਹਾਡੇ ਸਾਹਮਣੇ ਖੜੇ ਹੋਵਾਂਗੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਆਪਾਂ ਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਆਪਾਂ ਤਾਂ ਬੜੇ ਭਾਗਾਂ ਵਾਲੇ ਹਾਂ ਪਿੰਡ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਨੇ ਤੇ ਜੇ ਬਾਹਰ ਜਾਈਏ ਨਾ ਮੈਂ ਯੂਰਪ ਜਾ ਕੇ ਦੇਖਿਆ ਯੂਰਪ ਦੇ ਵਿੱਚ ਜੇ ਟਰਾਮ ਦੇ ਵਿੱਚ ਬੈਠੀਏ ਘੰਟੇ ਬਾਅਦ ਕਿਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਗੱਜ ਕੇ ਆਖੋ ਸਤਨਾਮ ਦੋ ਵਾਰੀ ਜਾਣ ਦਾ ਮੌਕਾ ਮਿਲਿਆ ਇੱਕ ਘੰਟਾ ਲੱਗ ਜਾਂਦਾ ਇੰਨੀ ਦੂਰ ਗੁਰਦੁਆਰਾ ਸਾਹਿਬ ਦੁਨੀਆਂ ਹਫ਼ਤੇ ਬਾਅਦ ਜਾਂਦੀ ਹੈ ਆਪਾਂ ਕਿੱਡੇ ਵੱਡੇ ਭਾਗ ਨੇ ਆਪਣੇ ਧੰਨ ਸੁਵੇਲਾ ਜਿੱਤ ਦਰਸ਼ਨ ਕਰਨ ਕੁਰਬਾਨ ਜਾਈ ਉਹ ਸਵੇਲਾ ਸੁਹਾਵੀ ਜੀ ਤੁਮਰੈ ਦੁਆਰੇ ਆਇਆ ਨਾਨਕ ਉਹ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਇਹ ਪੂਰੇ ਗੁਰੂ ਨੇ ਦੇਖੋ ਧੰਨੇ ਨੇ ਪ੍ਰੇਮ ਦੇ ਵਿੱਚ ਆ ਕੇ ਪੱਥਰ ਚੋਂ ਹੀ ਪਾ ਲਿਆ ਮੱਖਣ ਸ਼ਾਹ ਨੇ ਪ੍ਰਗਟ ਕੀਤਾ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਮਹਾਰਾਜ ਨੇ ਤਪ ਕੀਤਾ ਸਾਧ ਸੰਗਤ ਗੁਰੂ ਤੇ ਭਰੋਸਾ ਰੱਖ ਲਓ ਰੱਬ ਹੈ ਭਰੋਸੇ ਦਾ ਰੱਬ ਭਰੋਸੇ ਨਾਲ ਮਿਲਦਾ ਜੇ ਭਰੋਸਾ ਨਹੀਂ ਫਿਰ ਰੱਬ ਨਹੀਂ ਮਿਲਦਾ ਸਾਧ ਸੰਗਤ ਜਦੋਂ ਮੱਖਣ ਸ਼ਾਹ ਦੇ ਕਿਰਪਾ ਕੀਤੀ ਨਾ ਮਹਾਰਾਜ ਨੇ ਮੋਢੇ ਤੋਂ ਚਾਦਰ ਪਰੇ ਕੀਤੀ ਉਹ ਪੰਜ ਮੋਹਰਾਂ ਧਰ ਕੇ ਮੱਥਾ ਟੇਕਿਆ ਇਤਿਹਾਸ ਤਾਂ ਬੜਾ ਲੰਮਾ ਮੈਂ ਬੜੇ ਸੰਖੇਪ ਦੇ ਵਿੱਚ 22 ਮੰਜੀਆਂ ਲਾ ਕੇ ਬੈਠੇ ਪੰਜ ਪੰਜ ਮੋਹਰਾਂ ਧਰ ਕੇ ਮੱਥਾ ਟੇਕਿਆ ਕਿਸੇ ਨੇ ਮਨ ਦਾ ਸੰਸਾ ਨਹੀਂ ਚੁੱਕਿਆ ਵਰ ਬੜੇ ਬੜੇ ਦਿੱਤੇ ਮੱਖਣ ਸ਼ਾਹ ਤੇਰਾ ਬੇੜਾ ਪਾਰ ਤੈਨੂੰ ਕੋਈ ਘਾਟ ਨਹੀਂ ਰਹਿਣੀ ਪਰਿਵਾਰ 'ਚ ਖੁਸ਼ੀ ਰਹਿਣੀ ਹੈ ਕਿਰਪਾ ਰਹਿਣੀ ਹੈ ਬੜੇ ਬੜੇ ਵਰ ਦਿੱਤੇ ਸੰਸਾ ਨਹੀਂ ਕਿਸੇ ਨੇ ਚੁੱਕਿਆ ਸਿੱਖ ਦਾ ਗੁਰੂ ਤੇ ਸੰਸਾ ਰਹਿ ਜਾਵੇ 6 ਕਲਾ ਵਿਰਾਗ ਦੀਆਂ ਇੱਕਦਮ ਨਸ਼ਟ ਹੋ ਜਾਂਦੀਆਂ ਨੇ ਤੇ ਇੱਕ ਇੱਕ ਕਲਾ ਕਈ ਕਈ ਜਨਮਾਂ ਦੇ ਤਪ ਤੋਂ ਬਾਅਦ ਪ੍ਰਗਟ ਹੁੰਦੀ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੋਚਿਆ ਵੀ ਹੁਣ ਜੇ ਸਿੱਖ ਦੇ ਮਨ 'ਚ ਸ਼ੰਕਾ ਆ ਗਈ ਇਹਦਾ ਬੜਾ ਨੁਕਸਾਨ ਹੋਣਾ ਤੇ ਸ਼ੰਕਾ ਮਹਾਰਾਜ ਰਹਿਣ ਨਹੀਂ ਦਿੰਦੇ ਜਿਹੜਾ ਪਿਆਰ ਕਰਦਾ ਮਾਤਾ ਜੀ ਨੂੰ ਭੇਜਿਆ ਬੁਲਾ ਲਿਆ ਉਹ ਅੰਦਰ ਭੋਰੇ ਦੇ ਬਾਹਰ ਖੜਿਆ ਮਹਾਰਾਜ ਨੇ ਆਪ ਹੀ ਬੁਲਾ ਲਿਆ ਤੇ ਮਾਤਾ ਜੀ ਨੇ ਕਿਹਾ ਵੀ ਗੁਰੂ ਸਾਹਿਬ ਯਾਦ ਕਰਦੇ ਅੰਦਰ ਜਾ ਕੇ ਜਦੋਂ ਮੱਥਾ ਟੇਕਿਆ ਮਨ ਨੂੰ ਆਨੰਦ ਆ ਗਿਆ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਦਰਸ਼ਨ ਡਿੱਠੇ ਲੈਣ ਵਜੋਗਾ ਜੀਓ ਪਰ ਮਨ 'ਚ ਅਜੇ ਸ਼ੰਕਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਦੇ ਸ਼ੰਕਾ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਸਾਹਿਬ ਤੇ ਕਦੇ ਸ਼ੰਕਾ ਨਹੀਂ ਕਰਨੀ ਚਾਹੀਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ ਮੱਥਾ ਟੇਕ ਦਿਓ ਭਰੋਸਾ ਕਰ ਲਓ ਬਹੁਤ ਜਲਦੀ ਰੱਬ ਮਿਲਣਾ ਜੇ ਸ਼ੰਕਾ ਕਰੋਗੇ ਸ਼ੰਕੇ ਵਿੱਚ ਹੀ ਜ਼ਿੰਦਗੀ ਨਿਕਲ ਜਾਣੀ ਹੈ ਸਵਾਸਾਂ ਦੀ ਪੂੰਜੀ ਖਰਾਬ ਫਿਰ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਆਖਰੀ ਪੌੜੀ ਆ ਇਹ ਪਰਮੇਸ਼ਰ ਨੂੰ ਮਿਲਣ ਦੀ ਜੇ ਇਹਦੇ ਵਿੱਚ ਹੀ ਆਪਾਂ ਸ਼ੰਕਾ ਕਰ ਲਿਆ ਗੁਰੂ ਤੇ ਫਿਰ ਸਿਰੇ ਨਹੀਂ ਪਹੁੰਚਦੇ ਆਪਾਂ ਹੁਣ ਸਤਸੰਗ 'ਚ ਬੈਠੇ ਹਾਂ ਗੁਰੂ ਦੀ ਉਸਤਤ ਕਰ ਰਹੇ ਹਾਂ ਜੇ ਗੁਰੂ ਤੇ ਭਰੋਸਾ ਹੀ ਨਹੀਂ ਫਿਰ ਇੰਨਾ ਕੁਛ ਕਰਨ ਦਾ ਫਾਇਦਾ ਨਹੀਂ ਕੋਈ
ਜੇ ਗੁਰੂ ਤੇ ਭਰੋਸਾ ਫਿਰ ਗੁਰੂ ਨਾਲ ਸਾਧ ਸੰਗਤ ਸ਼ੰਕਾ ਮਨ ਦੇ ਵਿੱਚ ਆਇਆ ਪੰਜ ਮੋਹਰਾ ਧਰ ਕੇ ਮੱਥਾ ਟੇਕਿਆ ਮਹਾਰਾਜ ਮੁਸਕਰਾਉਂਦੇ ਨੇ ਕਹਿੰਦੇ ਮੱਖਣ ਸ਼ਾਹ ਗੁਰੂ ਨੂੰ ਲੋੜ ਨਹੀਂ ਗੁਰੂ ਤਾਂ ਦਾਤਾ ਭਾਈ ਗੁਰਦਾਤਾ ਗੁਰ ਹੋਵੇ ਘਰ ਗੁਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਜਿਤੜੇ ਫਲ ਮਨ ਬਾਂਛੀਏ ਤਿਤੜੇ ਸਤਿਗੁਰ ਪਾਸ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਗੁਰੂ ਤਾਂ ਭਾਈ ਦਾਤਾ ਪਰ ਤੂੰ ਪੰਜ ਮੋਹਰਾਂ ਧਰ ਕੇ ਮੱਥਾ ਟੇਕਦਾ ਸੁਖੀਆਂ ਤੂੰ 500 ਨੇ ਇੱਕ ਨਾ ਮੱਖਾਂ ਖੁੱਲੀਆਂ ਇਹ ਤਾਂ ਮੇਰੇ ਮਨ ਦੀ ਗੱਲ ਕਹਿ ਦਿੱਤੀ ਕਹਿੰਦੇ ਮੋਢੇ ਤੋਂ ਚਾਦਰ ਪਰੇ ਕੀਤੀ ਕਹਿੰਦੇ ਮੱਖਣ ਸ਼ਾਹ ਆਹ ਵੇਖ ਲੈ ਇਹਦਾ ਜ਼ਖਮ ਵੀ ਅੱਲਾ ਗੱਜ ਕੇ ਆਖੋ ਸਤਨਾਮ ਅਮਾਨਤ ਵਿੱਚ ਖਿਆਨਤ ਕਰਦਾ 500 ਮੋਹਰਾਂ ਸੁੱਕ ਕੇ ਤੇ ਪੰਜ ਮੋਹਰਾਂ ਧਰ ਕੇ ਮੱਥਾ ਟੇਕਦਾ ਜਦੋਂ ਮਹਾਰਾਜ ਨੇ ਮਨ ਦਾ ਸੰਸਾ ਚੁੱਕਿਆ ਠਾਕੁਰ ਤੁਮ ਸਰਨਾਈ ਆਇਆ ਉਤਰ ਗਏ ਮੇਰੇ ਮਨ ਕਾ ਸੰਸਾ ਜਬ ਤੇਰਾ ਦਰਸ਼ਨ ਅਨਬੋਲ ਤੇ ਮੇਰੀ ਬਿਰਥਾ ਜਾਨੀ ਮਹਾਰਾਜ ਮੈਂ ਬੋਲਿਆ ਕੁਛ ਨੀ ਪਰ ਤੁਸੀਂ ਦਿਲਾਂ ਦੀ ਜਾਣਨ ਵਾਲੇ ਹੋ ਦੋਵੇਂ ਹੱਥ ਜੋੜ ਲਏ ਮਹਾਰਾਜ ਹੁਣ ਮੈਂ ਪ੍ਰਗਟ ਕਰਾਂਗਾ ਸੰਗਤ ਆਪ ਜੀ ਨੂੰ ਲੱਭਦੀ ਫਿਰਦੀ ਹੈ ਮਹਾਰਾਜ ਨੇ ਬੜਾ ਮਨਾ ਕੀਤਾ ਵੀ ਅਜੇ ਪ੍ਰਗਟ ਨਹੀਂ ਹੋਣਾ ਮਹਾਰਾਜ ਜਿਹੜੀ ਮਰਜ਼ੀ ਸਜ਼ਾ ਦਿਓ ਪ੍ਰਗਟ ਕਰਾਂਗਾ ਮੈਂ ਆਪ ਜੀ ਤੇ ਗੁਰੂ ਲਾਧੋ ਰੇ ਭਾਵ ਕੇ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਸੀ ਹੁਣ ਪ੍ਰਗਟ ਕਰਨ ਦੀ ਲੋੜ ਨਹੀਂ ਹੁਣ ਮੰਨਣ ਦੀ ਲੋੜ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਪ੍ਰਗਟ ਕਰਨ ਦੀ ਲੋੜ ਨਹੀਂ ਹੁਣ ਸਾਧ ਸੰਗਤ ਮੰਨਣ ਦੀ ਲੋੜ ਹੈ ਆਪਾਂ ਮੰਨ ਲਈਏ ਤੇ ਵੈਸ ਜਾਨ ਨੇ ਸਿਫਤ ਸੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਕਵੀ ਕਹਿੰਦਾ ਵੈਸ ਜਾਨ ਦਾ ਦੋਸਤ ਮਹਾਰਾਜ ਸੋਹਣੇ ਬੜੇ ਨੇ ਕਲੰਗੀ ਬੜੀ ਸੋਹਣੀ ਮਹਾਰਾਜ ਦੀ ਬਾਜ ਬੜਾ ਸੋਹਣਾ ਘੋੜਾ ਬੜਾ ਸੋਹਣਾ ਤੇ ਮਹਾਰਾਜ ਜਿਹਦੇ ਵੱਲ ਵੇਖ ਲੈਂਦੇ ਨੇ ਨਾ ਉਹਨੂੰ ਆਨੰਦ ਆ ਜਾਂਦਾ ਤੇ ਉਹਦੇ ਮਨ ਵਿੱਚ ਚਾਅ ਆਇਆ ਮੈਂ ਵੀ ਦਰਸ਼ਨ ਕਰਾਂ ਮਨ ਚਾਓ ਪਿਆ ਮਨ ਵਿੱਚ ਚਾਅ ਆ ਗਿਆ ਮੈਂ ਵੀ ਕਿਤੇ ਦਰਸ਼ਨ ਕਰਨ ਜਾ ਕੇ ਤੇ ਮਹਾਰਾਜ ਦੀ ਕਿਰਪਾ ਦੁਆਰਾ ਜਦੋਂ ਮਹਾਰਾਜ ਕੋਲ ਜਾ ਕੇ ਪਹੁੰਚਿਆ ਆਨੰਦਪੁਰ ਸਾਹਿਬ ਦਰਬਾਰ ਸਜਿਆ ਆਸਣ ਤੇ ਮਹਾਰਾਜ ਬੈਠੇ ਜਾ ਕੇ ਚਰਨਾਂ ਦੇ ਸੀਸ ਰੱਖ ਦਿੱਤਾ ਆਨੰਦ ਆ ਗਿਆ ਸਾਧ ਸੰਗਤ ਇੱਕ ਹੁੰਦਾ ਆਨੰਦ ਇੱਕ ਹੁੰਦਾ ਮਹਾਂਆਨੰਦ ਉਹ ਮਹਾਂਆਨੰਦ ਨਹੀਂ ਕਦੇ ਜਾਇਆ ਕਰਦਾ ਮਹਾਂਆਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ ਇਹ ਜਿਹੜਾ ਕਥਾ ਕੀਰਤਨ ਹੈ ਇਹ ਮਹਾਂਆਨੰਦ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਨੌਤਾ ਭਗਤੀ ਨੌ ਤਰ੍ਹਾਂ ਦੀ ਭਗਤੀ ਹੈ ਕੀਰਤਨ ਭਗਤੀ ਨੂੰ ਸਭ ਤੋਂ ਵੱਡਾ ਮੰਨਿਆ ਗਿਆ ਕਿਉਂ ਇਹਦੇ ਵਿੱਚ ਜਲਦੀ ਮਨ ਜੁੜ ਜਾਂਦਾ ਕੀਰਤਨ ਵਿੱਚ ਬਹੁਤ ਜਲਦੀ ਮਨ ਜੁੜਦਾ ਆਤਮਾ ਨੂੰ ਖੇੜਾ ਮਿਲਦਾ ਆਤਮਾ ਆਨੰਦ ਵਿੱਚ ਆਉਂਦੀ ਹੈ ਮਹਾਂਆਨੰਦ ਵਿੱਚ ਪਹੁੰਚਦੀ ਹੈ ਇਹ ਸਰਵਣ ਦਰਸ਼ਨ ਨੇ ਸਾਧ ਸੰਗਤ ਮਹਾਰਾਜ ਨੇ ਜਦੋਂ ਦਰਸ਼ਨ ਕੀਤੇ ਮਹਾਂਆਨੰਦ ਆ ਗਿਆ ਦੋਵੇਂ ਹੱਥ ਜੋੜ ਲਏ ਮਹਾਰਾਜ ਹੁਕਮ ਕਰੋ ਮੈਂ ਕੀ ਕਰਾਂ ਸਾਧ ਸੰਗਤ ਗੁਰੂ ਮਹਾਰਾਜ ਕਹਿਣ ਲੱਗੇ ਵੈਦ ਸਜਾਨ ਇੱਥੇ ਤੇਰੀ ਲੋੜ ਨਹੀਂ ਤੇਰੀ ਲੋੜ ਕਿਤੇ ਹੋਰ ਹੈ ਗੱਜ ਕੇ ਆਖੋ ਸਤਨਾਮ ਮਹਾਰਾਜ ਕਿੱਥੇ ਜਾਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿੱਥੇ ਤੈਨੂੰ ਗੁਰੂ ਨਾਨਕ ਲੈ ਜਾਵੇ ਉੱਥੇ ਜਾਈ ਸਤ ਵਚਨ ਮਹਾਰਾਜ ਮੱਥਾ ਟੇਕ ਕੇ ਤੁਰ ਪਿਆ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਰੋਪੜ ਹੁੰਦਾ ਹੋਇਆ ਇੱਕ ਪਿੰਡ ਵਿੱਚ ਪਹੁੰਚਿਆ ਸਾਧ ਸੰਗਤ ਉਹ ਪਿੰਡ ਦੇ ਵਿੱਚ ਕਦੇ ਕੋਈ ਡਾਕਟਰ ਨਹੀਂ ਸੀ ਆਇਆ ਗਰੀਬ ਪਿੰਡ ਸੀ ਉਹ ਕਦੇ ਕੋਈ ਪਹੁੰਚਿਆ ਨਹੀਂ ਸੀ ਵੈਦ ਪਿੰਡ ਵਾਲਿਆਂ ਨੂੰ ਕਹਿਣ ਲੱਗਿਆ ਮੈਂ ਵੈਦ ਹਾਂ ਹੈ ਕੋਈ ਮਰੀਜ਼ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੀ ਸੇਵਾ ਲਾਈ ਹੈ ਇੱਕ ਮਾਤਾ ਆਈ ਪੁੱਤਰ ਮੈਨੂੰ ਬੁਖਾਰ ਹੈ ਉਹਨੂੰ ਦਵਾਈ ਦਿੱਤੀ ਤੇ ਕੀ ਆਖਿਆ ਮੁੱਖ ਤੋਂ ਆਖਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੱਜ ਕੇ ਆਖੋ ਸਤਨਾਮ ਦਵਾਈ ਦਾ ਤਾਂ ਕਹਿੰਦਾ ਹੀਲਾ ਵਸੀਲਾ ਹੀ ਆ ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਲਵੇਂਗੀ ਮਾਤਾ ਤੂੰ ਜਲਦੀ ਠੀਕ ਹੋ ਜਾਣਾ ਮੇਰਾ ਵੈਦ ਗੁਰੂ ਗੋਬਿੰਦ ਸਾਹ ਸੰਗਤ ਬੜੀ ਦੁਨੀਆ ਠੀਕ ਕੀਤੀ ਵੈਸ ਜਾਨ 12 ਸਾਲ ਇਤਿਹਾਸ ਵਿੱਚ ਆਇਆ ਛੱਪਰੀ ਪਾ ਲਈ
ਤੇ 12 ਸਾਲ ਮਰੀਜ਼ਾਂ ਨੂੰ ਦਵਾਈ ਦਿੱਤੀ, ਜਲ ਛਕਾਉਣ ਦੀ ਸੇਵਾ ਕੀਤੀ। ਜੇ ਕਿਸੇ ਨੇ ਆ ਕੇ ਕਹਿਣਾ ਵੈਦ ਜੀ ਤੁਹਾਡੇ ਹੱਥ ਵਿੱਚ ਬੜਾ ਜਸ ਹੈ, ਤੁਹਾਡੀ ਦਵਾਈ ਨਾਲ ਬੰਦਾ ਜਲਦੀ ਠੀਕ ਹੋ ਜਾਂਦਾ, ਤਾਂ ਦੋਵੇਂ ਹੱਥ ਜੋੜ ਕੇ ਵੈਸ ਜਾਨ ਨੇ ਕਹਿਣਾ ਉਹ ਪੜੋ ਪਿਆਰ ਦੇ ਨਾਲ। ਕਹਿੰਦੇ ਮੈਂ ਕੁਛ ਨੀ ਕੀਤਾ, ਮੈਂ ਨੀ ਵੈਦ, ਮੇਰੇ ਅਸਲੀ ਵੈਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹ ਪੜੋ ਪਿਆਰ ਦੇ ਨਾਲ, ਮੇਰਾ ਵੈਦ ਗੁਰੂ ਗੋਬਿੰਦ ਸਿੰਘ ਜਮਾਂ ਦੀ ਮਾਰ ਤੋਂ ਵੀ ਗੁਰੂ ਬਚਾ ਲੈਂਦਾ ਗਾ। ਜੇ ਕੀ ਆਖੋ ਸਤਨਾਮ ਕਬੀਰ ਕਹੀ ਨਾ, ਮੇਰੇ ਕੋਲ ਆ ਕੇ ਕਹਿੰਦੇ ਬਾਬਾ ਜੀ ਪਤਾ ਨੀ ਖੀਰ ਦੇ ਟਾਈਮ ਕੀ ਬਣਨਾ। ਦੇਖੋ ਨਾਮ ਵੀ ਜਪਦੇ, ਅੰਮ੍ਰਿਤ ਵੀ ਛਕ ਲਿਆ, ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨੀ ਹੈ। ਗੁਰੂ ਗ੍ਰੰਥ ਸਾਹਿਬ ਤੇ ਇੰਨਾ ਕੁ ਭਰੋਸਾ ਹੋਣਾ ਚਾਹੀਦਾ। ਕਬੀਰ ਸਾਹਿਬ ਕਹਿੰਦੇ ਕੋਈ ਗਾਵੈ ਕੋ ਸੁਣੈ ਹਰਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕਬੀਰ ਸਾਹਿਬ ਕਹਿੰਦੇ ਸੰਸਾ ਨਹੀਂ ਮਨ ਦੇ ਵਿੱਚ ਹੋਣਾ ਚਾਹੀਦਾ। ਕੋਈ ਮਨ ਲਾ ਕੇ ਬਾਣੀ ਪੜ੍ਹੇ, ਚਿੱਤ ਲਾ ਕੇ ਗੁਰਬਾਣੀ ਪੜ੍ਹੇ, ਨਾਮ ਜਪੇ, ਵਾਹਿਗੁਰੂ ਸ਼ਬਦ ਦਾ ਜਾਪ ਕਰੇ, ਮੂਲ ਮੰਤਰ ਦਾ ਜਾਪ ਕਰੇ। ਕਬੀਰ ਸਾਹਿਬ ਕਹਿੰਦੇ ਉਹਨੂੰ ਸੰਸਾ ਨਹੀਂ ਮਨ ਵਿੱਚ ਰੱਖਣਾ ਚਾਹੀਦਾ। ਅੰਤ ਦੇ ਸਮੇਂ ਪਾਲਕੀਆਂ ਲੈਣ ਵਾਸਤੇ ਹੋਣਗੀਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਸੰਸਾ ਨਹੀਂ ਰੱਖਣਾ ਚਾਹੀਦਾ। ਕੋਈ ਜਪਜੀ ਸਾਹਿਬ ਵੀ ਕਰੀ ਜਾਵੇ ਨਾ ਅੰਮ੍ਰਿਤ ਵੇਲੇ, ਅਖੀਰ ਦੇ ਸਮੇਂ ਗੁਰੂ ਨਾਨਕ ਸਾਹਿਬ ਲੈਣ ਵਾਸਤੇ ਆਉਣਗੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਕੋਈ ਸੰਸਾ ਨਹੀਂ ਰੱਖਣਾ ਚਾਹੀਦਾ ਮਨ ਦੇ ਵਿੱਚ, ਸੰਸੇ ਦੂਰ ਕਰ ਦਿਓ। ਆਪਾਂ ਅੰਮ੍ਰਿਤ ਛਕ ਲਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹਨੇ ਅੰਮ੍ਰਿਤ ਛਕ ਲਿਆ ਉਹਨੂੰ ਮੈਂ ਨਰਕਾਂ ਦੀ ਅੱਗ ਵਿੱਚ ਨਹੀਂ ਪੈਣ ਦਿੰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਗਲਤੀ ਕੀਤੀ ਉਹਨੇ ਤਾਂ ਸ਼ਹੀਦ ਸਿੰਘਾਂ ਦੇ ਸਾਹਮਣੇ ਉਹਨੂੰ ਖੜਾ ਹੋਣਾ ਪੈਣਾ। ਗਲਤੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਜੇ ਗਲਤੀ ਕਰਦਾ ਨਾ ਬੰਦਾ, ਠੱਗੀਆਂ ਬੰਦੇ ਨਾਲ ਮਾਰੋ, ਰੱਬ ਨਾਲ ਕਦੇ ਠੱਗੀ ਨਹੀਂ ਬਾਜਦੀ। ਉੱਥੇ ਸੱਚੇ ਹੀ ਸੱਚ ਨਿਬੜਾ, ਚੁਣ ਵੱਖ ਕੱਢਾ ਜਜਮਾਲਿਆ, ਵੱਖਰਾ ਇੱਕ ਪਾਸੇ ਖੜਾ ਦੇਣਾ ਉੱਥੇ। ਕਬੀਰ ਸਾਹਿਬ ਕਹਿੰਦੇ ਮੈਨੂੰ ਬੜਾ ਡਰ ਲੱਗਦਾ ਵੀ ਜਦੋਂ ਪਰਮੇਸ਼ਰ ਦੇ ਦਰਬਾਰ ਵਿੱਚ ਜਾ ਕੇ ਜਾਵਾਂਗੇ ਤੇ ਕੀ ਜਵਾਬ ਦੇਣਾ ਪੈਣਾ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਕਿੰਨਾ ਨਾਮ ਜਪਿਆ ਕਬੀਰ ਸਾਹਿਬ ਨੇ,
अब तो जाए चढ़े सिंघासन मिले है सारंग पानी राम कबीरा एक भय है को न सके पछानी। इना नाम जपया कहिंदे कबीर साहब ते राम दे विच परमेश्वर च कोई फर्क नहीं रह गया। गज के आखो सतनाम। तो मन विच कोई शंका नहीं, साह संगत रखना चाहीदा। जे आपां अमृत छक लिया तां आपां नूं तां गुरु गोबिंद सिंह महाराज लैण वास्ते आउणगे। उत्थे महानंद दा समां हो जाणा। फिर महानंद ਇਹ ਕੀਰਤਨ ਵੀ ਮਹਾਨੰਦ ਹੈ। ਮਹਾਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ। ਵੱਡੇ ਭਾਗਾਂ ਵਾਲਿਆਂ ਦੀ ਝੋਲੀ ਵਿੱਚ ਪੈਂਦਾ ਕੀਰਤਨ ਇਹ ਸਤਸੰਗਤ ਦਾ ਸਮਾਂ। ਤੇ ਵੈਦ ਸਜਾਨ ਨੂੰ 12 ਸਾਲ ਹੋ ਗਏ। ਸਾਧ ਸੰਗਤ ਜਿਹੜੀ ਵੀ ਸੰਗਤ ਨੇ ਜਾਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰਕੇ ਕਹਿਣਾ ਮਹਾਰਾਜ ਇੱਕ ਵੈਦ ਸਜਾਨ ਹੈ, ਦਵਾਈ ਦਿੰਦਾ ਮਹਾਰਾਜ। ਤੇ ਦਵਾਈ ਦੇ ਕੇ ਕਹਿੰਦਾ ਵੀ ਆਖੋ ਧੰਨ ਗੁਰੂ ਕਲਗੀਧਰ ਪਾਤਸ਼ਾਹ। ਤੇ ਜਿਹੜਾ ਬੰਦਾ ਕਹਿੰਦਾ ਆਖੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਉਹ ਠੀਕ ਹੋ ਜਾਂਦਾ। ਮਹਾਰਾਜ ਹੱਸਣ ਲੱਗ ਪੈਂਦੇ, ਮੁਸਕਰਾ ਛੱਡਦੇ, ਮੁੱਖ ਤੋਂ ਕੁਛ ਨਾ ਕਹਿੰਦੇ। ਮਹਾਰਾਜ ਤੁਹਾਡੀ ਬੜੀ ਵਡਿਆਈ ਕਰਦਾ, ਬੜੀ ਸਿਫਤ ਕਰਦਾ, ਮਹਾਰਾਜ ਬਹੁਤ ਸੇਵਾ ਕਰਦਾ, ਰਾਈਆਂ ਨੂੰ ਪਾਣੀ ਪਿਆਉਂਦਾ, ਤੇ ਮੰਗਦਾ ਵੀ ਕੁਛ ਨਹੀਂ ਮਹਾਰਾਜ। ਸਾਧ ਸੰਗਤ ਜਿਹੜੀ ਨਿਸ਼ਕਾਮ ਸੇਵਾ, ਨਿਸ਼ਕਾਮ ਕੀਰਤਨ, ਨਿਸ਼ਕਾਮ ਨਾਮ ਜਪਣਾ, ਜਿਹੜਾ ਬੰਦਾ ਇਹ ਤਿੰਨ ਚੀਜ਼ਾਂ ਕਰਦਾ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਕਬੀਰ ਸਾਹਿਬ ਦੇ ਦਰਵਾਜ਼ੇ ਤੇ ਆ ਕੇ ਮਾਇਆ ਖਲੋ ਜਾਂਦੀ ਸੀ ਵੀ ਦੱਸੋ ਮਹਾਰਾਜ ਕੀ ਚਾਹੀਦਾ, ਹੁਕਮ ਕਰੋ। ਭਗਤ ਰਵਿਦਾਸ ਜੀ ਕਿੰਨੀ ਵਾਰੀ ਮਹਾਰਾਜ ਨੇ ਮਾਇਆ ਦਿੱਤੀ, ਮਹਾਰਾਜ ਨੇ ਅੰਗੀਕਾਰ ਨਹੀਂ ਕੀਤੀ ਭਗਤ ਰਵਿਦਾਸ ਜੀ ਨੇ। ਜਦੋਂ ਇਨਸਾਨ ਮਾਇਆ ਦੇ ਪਿੱਛੇ ਭੱਜਦਾ ਨਾ, ਮਾਇਆ ਹੋਰ ਭਜਾਉਂਦੀ ਹੈ। ਜਦੋਂ ਬੰਦਾ ਕਹਿੰਦਾ ਵੀ ਮਹਾਰਾਜ ਮੈਨੂੰ ਤਾਂ ਤੁਹਾਡੀ ਲੋੜ ਆ, ਮੈਨੂੰ ਮਾਇਆ ਦੀ ਲੋੜ ਨਹੀਂ, ਨਿਸ਼ਕਾਮ ਸੇਵਾ ਕਰਦਾ, ਨਿਸ਼ਕਾਮ ਕੀਰਤਨ, ਕੀਰਤਨ ਦਾ ਵੀ ਕੋਈ ਪੈਸਾ ਨਹੀਂ ਲੈਣਾ, ਨਿਸ਼ਕਾਮ ਭਜਨ ਬੰਦਗੀ, ਭਜਨ ਬੰਦਗੀ ਕਰਕੇ ਮੰਗ ਲਿਆ ਉਹ ਮਜ਼ੂਰੀ ਲੈ ਲਈ, ਭਜਨ ਬੰਦਗੀ ਕਰਦਾ ਸਾਧ ਸੰਗਤ ਮਾਇਆ ਦੇ ਤਾਂ ਢੇਰ ਲੱਗ ਜਾਂਦੇ ਨੇ। ਗੱਜ ਕੇ ਆਖੋ ਸਤਨਾਮ। ਫਿਰ ਮੰਗਣ ਦੀ ਲੋੜ ਨਹੀਂ ਪੈਂਦੀ। ਸਾਧ ਸੰਗਤ ਉਹ ਸਮਾਂ ਆ ਗਿਆ ਜਦੋਂ ਗੁਰੂ ਨੇ ਕਿਰਪਾ ਕਰਨੀ ਸੀ। ਆਓ 10-15 ਮਿੰਟ ਸਮਾਪਤੀ ਕਰਦੇ ਹਾਂ। ਅੱਜ ਗੁਰੂ ਮਹਾਰਾਜ ਸਿੰਘਾਂ ਨੂੰ ਕਿਹਾ ਲਓ ਵੀ ਘੋੜੇ ਤਿਆਰ ਕਰੋ, ਨਗਾਰੇ ਤਿਆਰ ਕਰੋ, ਨਿਸ਼ਾਨ ਸਾਹਿਬ ਲਓ। ਘੋੜੇ, ਨਗਾਰੇ, ਨਿਸ਼ਾਨ ਸਾਹਿਬ ਮਹਾਰਾਜ ਨੇ ਸਜਾ ਲਏ ਤੇ ਅੱਜ ਵੈਦ ਸਜਾਨ ਨੂੰ ਲੈਣ ਵਾਸਤੇ ਜਾ ਰਹੇ ਨੇ। ਗੱਜ ਕੇ ਆਖੋ ਸਤਨਾਮ। ਵੈਦ ਸਜਾਨ ਨੂੰ ਕੋਈ ਪਤਾ ਨਹੀਂ ਵੀ ਜਿਹੜਾ ਮੈਂ ਨਿਸ਼ਕਾਮ ਸੇਵਾ ਕੀਤੀ ਮੈਨੂੰ ਕਿੱਡਾ ਕੁ ਬੜਾ ਫਲ ਮਿਲਣਾ। ਤੇ ਵੈਸ ਜਾਨ ਨੂੰ ਵੀ ਪਤਾ ਲੱਗ ਗਿਆ ਵੀ ਮਹਾਰਾਜ ਆ ਰਹੇ ਨੇ। ਸੰਗਤਾਂ ਨੂੰ ਪਤਾ ਲੱਗ ਗਿਆ, ਅੱਗੇ ਖਲੋ ਗਿਆ ਮਹਾਰਾਜ ਨੂੰ ਲੈਣ ਵਾਸਤੇ। ਉੱਥੇ ਫਿਰ ਪਰਚਾ ਪੈ ਗਿਆ ਕਬੀਰ ਕਸੌਟੀ ਰਾਮ ਕੀ, ਕਸੌਟੀ ਲੱਗ ਗਈ। ਸਾਧ ਸੰਗਤ ਕੋਈ ਮਾਤਾ ਆ ਗਈ, ਵੈਦ ਜੀ ਮੇਰੀ ਨੂੰਹ ਦੇ ਸੂਲ ਉੱਠਿਆ ਤੇ ਜੇ ਤੁਸੀਂ ਦਵਾਈ ਨਾ ਦਿੱਤੀ ਉਹਨੇ ਮਰ ਜਾਣਾ। ਹੁਣ ਕੀ ਸੋਚਦਾ ਵੀ ਗੁਰੂ ਮਹਾਰਾਜ ਕਿਤੇ ਅੱਗੇ ਨਾ ਚਲੇ ਜਾਣ, ਸੰਗਤ ਸਾਰੀ ਖੜੀ ਹੈ ਤੇ ਮੈਂ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਜਾਵਾਂ। ਫਿਰ ਗੁਰੂ ਦਾ ਬਚਨ ਯਾਦ ਆਇਆ ਵੀ ਜੋ ਗੁਰੂ ਨੇ ਬਚਨ ਕੀਤਾ ਉਹ ਮੰਨ ਲਈਏ। ਸਾਧ ਸੰਗਤ ਉਸੇ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ, ਮਹਾਰਾਜ ਕਿਰਪਾ ਕਰੋ ਮੈਨੂੰ ਵੀ ਦਰਸ਼ਨ ਦੇ ਦੇਣੇ, ਸੇਵਾ ਕਰਨ ਦਾ ਮੈਨੂੰ ਬਲ ਬਖਸ਼ੋ। ਉਹ ਬਜ਼ੁਰਗ ਮਾਤਾ ਨਾਲ ਚਲੇ ਗਏ ਵੈਸ ਜਾਨ ਜੀ, ਜਾ ਕੇ ਦਵਾਈ ਦਿੱਤੀ ਤੇ ਜਦੋਂ ਜਾ ਕੇ ਦੇਖਿਆ ਤਾਂ ਉੱਥੇ ਸੰਗਤ ਵੀ ਹੈ ਨਹੀਂ ਸੀ ਤੇ ਮਹਾਰਾਜ ਵੀ ਨਹੀਂ ਸੀ ਹੈ। ਮਨ ਵਿੱਚ ਬੜਾ ਮਯੂਸ ਜਿਹਾ ਹੋ ਕੇ ਸਾਧ ਸੰਗਤ ਜਦੋਂ ਵੈਸ ਜਾਨ ਆਪਣੀ ਛੱਪਰੀ ਦੇ ਕੋਲ ਆਇਆ ਕੀ ਦੇਖਦਾ, ਘੋੜੇ, ਨਗਾਰੇ, ਨਿਸ਼ਾਨ ਸਾਹਿਬ, ਸਿੰਘ। ਥੋੜਾ ਹੋਰ ਅੱਗੇ ਜਾ ਕੇ ਕੀ ਦੇਖਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਛੱਪਰੀ 'ਚ ਬੈਠੇ ਨੇ। ਗੱਜ ਕੇ ਆਖੋ ਸਤਨਾਮ। ਬੈਠਾ ਹੈ ਦੁਆਰੇ ਰੱਬ ਬੰਨੇ
ਕੋਈ ਵਿਛਾਉਣਾ, ਨਾ ਕੋਈ ਕੱਪੜਾ, ਨਾ ਕੋਈ ਮੰਜੀ ਹੈ। ਧਰਤੀ ਤੇ ਭੁੰਜੇ ਬੈਠੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਪ੍ਰੇਮ ਦੇ ਬੰਨੇ ਬੈਠੇ। ਸਿੰਘਾਂ ਨੇ ਕਿਹਾ, ਮਹਾਰਾਜ ਇੱਧਰ ਆਓ, ਸੋਹਣਾ ਬਿਸਤਰਾ ਵਿਛਾ ਦਿੰਦੇ ਹਾਂ। ਮਹਾਰਾਜ ਤੁਸੀਂ ਭੁੰਜੇ ਹੀ ਬੈਠੇ ਹੋ। ਮਹਾਰਾਜ ਬੜੇ ਪ੍ਰੇਮ ਦੇ ਵਿੱਚ ਕਹਿਣ ਲੱਗੇ, ਇਹ ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ। ਨਿਸ਼ਕਾਮ ਸੇਵਾ ਕੀਤੀ, ਪਾਣੀ ਪਿਆਉਣ ਦੀ ਤੇ ਦਵਾਈ ਦੇਣ ਦੀ ਸੇਵਾ ਕੀਤੀ। ਅੱਜ ਕੀ ਆਖੋ? ਸਤਨਾਮ ਸ਼੍ਰੀ ਵਾਹਿਗੁਰੂ। ਦਾ ਬਚਨ ਮੰਨਿਆ, ਗੁਰੂ ਦਾ ਬਚਨ। ਸਾਧ ਸੰਗਤ ਸਿੰਘਾਂ ਨਾਲ ਮਹਾਰਾਜ ਗੱਲ ਕਰ ਰਹੇ, ਇਹਨਾਂ ਨੂੰ ਵੈਸ ਜਾਨ ਨੇੜੇ ਆ ਗਿਆ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ, ਮਨ ਬਰਾਗ ਆ ਗਿਆ ਮਨ ਦੇ ਵਿੱਚ। ਸਾਧ ਸੰਗਤ ਡੰਡੌਤ ਕੀਤੀ, ਚਰਨ ਫੜ ਲਏ, ਹੰਝੂਆਂ ਨਾਲ ਚਰਨ ਧੋ ਦਿੱਤੇ ਮਹਾਰਾਜ ਦੇ, ਹੰਝੂਆਂ ਨਾਲ ਚਰਨ ਧੋਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ, ਵੈਸ ਜਾਨ ਨੂੰ ਜੱਫੀ ਵਿੱਚ ਲੈ ਲਿਆ। ਕਹਿਣ ਲੱਗੇ, ਵੈਸ ਜਾਨ ਤੂੰ ਬਚਨ ਦੀ ਕੀਤੀ ਕਮਾਈ, ਲੈ ਬਈ ਮੈਂ ਤੈਨੂੰ ਆਨੰਦਪੁਰ ਸਾਹਿਬ ਤੋਂ ਲੈਣ ਵਾਸਤੇ ਆਇਆ। ਗੱਜ ਕੇ ਆਖੋ, ਸਤਨਾਮ ਵਾਹਿਗੁਰੂ। ਚਿੱਠੀ ਭੇਜ ਕੇ ਨਹੀਂ ਸੀ ਬੁਲਾ ਸਕਦਾ? ਚਿੱਠੀ ਭੇਜ ਕੇ ਵੀ ਬੁਲਾ ਸਕਦੇ ਸੀ, ਸਿੰਘ ਭੇਜ ਕੇ ਵੀ ਬੁਲਾ ਸਕਦੇ ਸੀ, ਪਰ ਉਹਨੇ ਬਚਨ ਮੰਨਿਆ ਗੁਰੂ ਦਾ। ਸਾਧ ਸੰਗਤ ਮਹਾਰਾਜ ਕਹਿੰਦੇ, ਵੈਸ ਜਾਨ ਮੈਂ ਤੈਨੂੰ ਆਨੰਦਪੁਰ ਸਾਹਿਬ ਤੋਂ ਲੈਣ ਵਾਸਤੇ ਆਇਆ, ਬਹਿ ਜਾ ਮੇਰੇ ਨਾਲ ਘੋੜੇ ਤੇ। ਗੱਜ ਕੇ ਆਖੋ, ਸਤਨਾਮ ਵਾਹਿਗੁਰੂ। ਅੱਜ ਤੱਕ ਆਪਣੇ ਘੋੜੇ ਤੇ ਆਪਣੇ ਨਾਲ ਮਹਾਰਾਜ ਨੇ ਕਿਸੇ ਨੂੰ ਨਹੀਂ ਬਿਠਾਇਆ। ਸਾਧ ਸੰਗਤ ਜਿਹਨਾਂ ਨੇ ਬਚਨ ਮੰਨਿਆ ਨਾ, ਗੁਰੂ ਨਾਲ ਪਿਆਰ ਕੀਤਾ, ਸਾਧ ਸੰਗਤ ਮਹਾਰਾਜ ਘੋੜੇ ਤੇ ਬਿਠਾ ਲਿਆ। ਧੰਨ ਵੈਸ ਜਾਨ। ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਵੈਸ ਜਾਨ ਮੈਂ ਤੈਨੂੰ ਆਨੰਦਪੁਰ ਸਾਹਿਬ ਤੋਂ ਲੈਣ ਵਾਸਤੇ ਆਇਆ, ਬਹਿ ਜਾ ਘੋੜੇ ਤੇ ਭਾਈ। ਲੈਣ ਆ ਗਏ ਵੀ ਕਲਗੀਆਂ ਵਾਲੇ ਆਪਣੇ ਪਿਆਰਿਆਂ, ਜੀ ਕਲਗੀਆਂ ਵਾਲੇ।
ਅੱਖਾਂ ਵਿੱਚ ਅਥਰੂ ਨੇ, ਬੜੇ ਪ੍ਰੇਮ ਦੇ ਵਿੱਚ, ਮਹਾਰਾਜ ਮੈਂ ਇੰਨੇ ਲਾਇਕ ਨਹੀਂ ਤੁਹਾਡੇ ਨਾਲ ਮੈਂ ਘੋੜੇ ਤੇ ਬਹਿ ਸਕਾਂ, ਨਾ ਵੈਸ ਜਾਨ, ਤੂੰ ਬਚਨ ਦੀ ਕੀਤੀ ਕਮਾਈ, ਮੈਂ ਤੈਨੂੰ ਆਨੰਦਪੁਰ ਸਾਹਿਬ ਤੋਂ ਲੈਣ ਵਾਸਤੇ ਆਇਆ। ਸਾਧ ਸੰਗਤ ਕਿਤੇ ਅਰਦਾਸ ਕਰਿਓ, ਮਹਾਰਾਜ ਕਿਰਪਾ ਕਰ ਦੇਣ, ਬੇਨਤੀ ਕਰਿਆ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੇ, ਮਹਾਰਾਜ ਇਹ ਜਿਹੜਾ ਜਨਮ ਮਿਲਿਆ ਨਾ ਮੇਰਾ ਸਫਲਾ ਹੋ ਜਾਵੇਗਾ। ਜੇ ਕੀ ਆਖੋ ਸਤਨਾਮ ਵਾਹਿਗੁਰੂ, ਜਿਵੇਂ ਮਹਾਰਾਜ ਵੈਸ ਜਾਣ ਤੇ ਕਿਰਪਾ ਕੀਤੀ ਸਾਡੇ ਤੇ ਵੀ ਕਰ ਦਿਓ। ਹੁਣ ਜੇ ਕਿਸੇ ਨੂੰ ਕਹਿ ਦੋ ਨਾ ਵੀ ਅੰਮ੍ਰਿਤ ਛਕ ਲਓ, ਅਗਲਾ ਕੋ 20-20 ਗੱਲਾਂ ਬੋਲਦਾ। ਸਾਧ ਸੰਗਤ ਜਿਹੜਾ ਸਿੰਘ ਨਾਮ ਮਿਲਿਆ ਨਾ ਅੰਮ੍ਰਿਤ ਛਕ ਕੇ ਮਿਲਿਆ, ਤੇ ਕੌਰ ਸ਼ਬਦ ਇਹ ਵੀ ਅੰਮ੍ਰਿਤ ਛਕ ਕੇ ਮਿਲਿਆ। ਪਹਿਲਾਂ ਰਾਏ, ਕੋਈ ਚੰਦ, ਰਾਮ ਏਦਾਂ ਰੱਖਿਆ ਕਰਦੇ ਸੀ। ਮਹਾਰਾਜ ਦਾ ਨਾਂ ਸੀ ਗੋਬਿੰਦ ਰਾਏ, ਤੇ ਅੰਮ੍ਰਿਤ ਛਕ ਕੇ ਬਣਿਆ ਗੁਰੂ ਗੋਬਿੰਦ ਸਿੰਘ ਜੀ। ਅੱਜ ਕੀ ਆਖੋ ਸਤਨਾਮ। ਸਾਧ ਸੰਗਤ ਵੈਸ ਜਾਨ ਨੂੰ ਆਨੰਦਪੁਰ ਸਾਹਿਬ ਮਹਾਰਾਜ ਲੈ ਗਏ। ਕਹਿਣ ਲੱਗੇ ਵੈਸ ਜਾਨ ਤੂੰ ਬਚਨ ਦੀ ਕੀਤੀ ਕਮਾਈ, ਇੱਕ ਬਚਨ ਸਾਡਾ ਹੋਰ ਮੰਨ ਲੈ। ਮਹਾਰਾਜ ਸੱਤ ਬਚਨ ਹੁਕਮ ਕਰੋ, ਮਹਾਰਾਜ ਕਿਰਪਾ ਕਰੋ, ਮਹਾਰਾਜ ਤੁਸੀਂ ਹੁਕਮ ਕਰੋ। ਵੈਸ ਜਾਨ ਮੈਂ ਵੀ ਅੰਮ੍ਰਿਤ ਛਕਣ ਤੋਂ ਬਿਨਾਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਬਣ ਸਕਿਆ। ਅੰਮ੍ਰਿਤ ਛਕ ਲੈ, ਫਿਰ ਮੈਂ ਬਹੁਤ ਹੋਰ ਵੀ ਮੈਂ ਖੁਸ਼ ਹੋ ਜਾਣਾ ਜੇ ਤੂੰ ਅੰਮ੍ਰਿਤ ਛਕ ਲਿਆ। ਸੱਤ ਬਚਨ ਮਹਾਰਾਜ, ਭਾਈ ਦਇਆ ਸਿੰਘ ਨੂੰ ਹੁਕਮ ਕੀਤਾ ਮਹਾਰਾਜ ਨੇ, ਪੰਜ ਪਿਆਰੇ ਤਿਆਰ ਹੋਏ, ਬਾਟਾ ਤਿਆਰ ਕੀਤਾ, ਪੀਵੋ ਪਹੁਲ ਖੰਡ ਧਾਰ ਹੋਏ, ਜਨਮ ਸੋਹਿਲਾ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਸਾਧ ਸੰਗਤ ਅੰਮ੍ਰਿਤ ਤਿਆਰ ਕਰਕੇ ਵੈਸ ਜਾਨ ਨੂੰ ਅੰਮ੍ਰਿਤ ਛਕਾਇਆ, ਵੈਸ ਜਾਨ ਤੋਂ ਸਜਾਨ ਸਿੰਘ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਮਹਾਰਾਜ ਬੜੇ ਪ੍ਰਸੰਨ ਹੋ ਗਏ ਜਦੋਂ ਵੈਸ ਜਾਨ ਅੰਮ੍ਰਿਤ ਛਕ ਕੇ ਆਇਆ ਨਾ। ਖਾਲਸਾ ਮੇਰੋ ਰੂਪ ਹੈ ਖਾਸ, ਮਹਾਰਾਜ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ। ਸਾਧ ਸੰਗਤ ਅੰਮ੍ਰਿਤ ਛਕ ਕੇ ਜਦੋਂ ਮਹਾਰਾਜ ਦੇ ਸਾਹਮਣੇ ਆਇਆ, ਮਹਾਰਾਜ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਕਹਿੰਦੇ ਵੈਸ ਜਾਨ ਮੰਗ ਲੈ ਵੀ ਜੋ ਕੁਛ ਮੰਗਣਾ। ਮਹਾਰਾਜ ਕੁਛ ਨਹੀਂ ਚਾਹੀਦਾ, ਮੰਗ ਬਈ ਰਾਜਾ ਬਣਾ ਦਈਏ, ਰਾਜਾ ਸਾਰੀ ਧਰਤੀ ਦਾ ਰਾਜਾ ਬਣਾ ਦਈਏ। ਨਾ ਮਹਾਰਾਜ, ਰਾਜਾ ਨਹੀਂ ਬਣਨਾ, ਸਵਰਗਾਂ ਦਾ ਰਾਜ ਦੇ ਦਈਏ, ਇੰਦਰ ਲੋਕ ਦਾ ਰਾਜ ਦੇ ਦਈਏ। ਨਾ ਮਹਾਰਾਜ, ਦੱਸ ਫਿਰ ਕੀ ਚਾਹੀਦਾ, ਕੀ ਚਾਹੁੰਦਾ ਦੱਸ, ਮੰਗ ਲੈ ਜੋ ਕੁਛ ਮੰਗਣਾ, ਮੈਂ ਤੇਰੇ ਤੇ ਬੜਾ ਖੁਸ਼ ਹਾਂ। ਸਾਧ ਸੰਗਤ ਜਦੋਂ ਕਿਤੇ ਪਰਮੇਸ਼ਰ ਸਾਹਮਣੇ ਆ ਜਾਵੇ ਨਾ, ਚਾਰ ਤਰ੍ਹਾਂ ਦੇ ਦਰਸ਼ਨ ਨੇ। ਪਹਿਲਾਂ ਸਰਵਣ ਦਰਸ਼ਨ, ਮੂਰਤੀ ਦਰਸ਼ਨ, ਸੁਪਨ ਦਰਸ਼ਨ ਤੇ ਪ੍ਰਗਟ ਦਰਸ਼ਨ। ਪ੍ਰਗਟ ਦਰਸ਼ਨ ਕੀਤੇ ਧੰਨੇ ਨੇ, ਭਗਤ ਨਾਮਦੇਵ ਜੀ 72 ਵਾਰੀ ਦਰਸ਼ਨ ਕੀਤੇ। ਕਿਤੇ ਸੁਪਨੇ ਵਿੱਚ ਵੀ ਮਹਾਰਾਜ ਕਹਿਣ ਨਾ ਵੀ ਦੱਸ ਕੀ ਚਾਹੀਦਾ, ਦੋਵੇਂ ਹੱਥ ਜੋੜ ਕੇ ਕਹਿਣਾ ਚਾਹੀਦਾ, ਦਿਓ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਜੇ ਗੁਰੂ ਨਾਨਕ ਸਾਹਿਬ ਆ ਜਾਣ ਨਾ, ਦੱਸ ਕੀ ਚਾਹੀਦਾ ਵੀ ਮਹਾਰਾਜ ਤੁਹਾਡੀ ਲੋੜ ਹੈ, ਗੁਰੂ ਤੋਂ ਬਿਨਾਂ ਕੁਛ ਨਹੀਂ ਮੰਗਣਾ ਚਾਹੀਦਾ। ਜੇ ਦਾਤਾ ਮਿਲ ਗਿਆ ਨਾ, ਦਾਤਾ ਆਪੇ ਮਿਲ ਜਾਣੀਆਂ। ਗੱਜ ਕੇ ਆਖੋ ਸਤਨਾਮ। ਦਾਤਾ ਮਿਲ ਗਿਆ ਨਾ, ਫਿਰ ਦਾਤਾ ਆਪੇ ਆ ਜਾਣੀਆਂ। ਵੈਸ ਜਾਨ ਦੱਸ ਕੀ ਚਾਹੀਦਾ, ਮੈਂ ਤੇਰੇ ਤੇ ਬੜਾ ਖੁਸ਼ ਹਾਂ। ਮਹਾਰਾਜ ਜੇ ਖੁਸ਼ ਹੋ ਨਾ ਤਾਂ ਮੈਨੂੰ ਚਰਨਾਂ ਦੀ ਚਰਨ ਪ੍ਰੀਤੀ ਦੇ ਦਿਓ। ਗੱਜ ਕੇ ਆਖੋ ਸਤਨਾਮ। ਆਓ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਵੈਸ ਜਾਨ ਨੇ ਅੰਮ੍ਰਿਤ ਛਕਿਆ, ਬਚਨ ਦੀ ਕੀਤੀ ਕਮਾਈ, ਤੇ ਮਹਾਰਾਜ ਤੋਂ ਚਰਨਾਂ ਦੀ ਚਰਨ ਪ੍ਰੀਤੀ ਮੰਗੀ। ਆਪਾਂ ਵੀ ਬੇਨਤੀ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹੋਲੇ ਮਹੱਲੇ ਦੇ ਪਾਵਨ ਪਵਿੱਤਰ ਦਿਹਾੜੇ ਤੇ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਚਰਨਾਂ ਨਾਲ ਜੋੜ ਲਓ। ਆਓ ਵੈਸ ਜਾਨ ਬੇਨਤੀਆਂ ਕਰਦਾ, ਆਪਾਂ ਵੀ ਬੇਨਤੀ ਕਰਨੀ ਹੈ। ਚਰਨਾਂ ਨਾਲ ਜੋੜਨਾ ਔਗਣ ਨਾ ਵੇਖੀ ਮੇਰੇ ਜੋੜ ਲੈ।
ਵੈਸ ਜਾਨ ਨੇ ਬੇਨਤੀਆਂ ਕੀਤੀਆਂ, ਆਪਾਂ ਵੀ ਬੇਨਤੀਆਂ ਕਰਨੀਆਂ। ਹੋਲੇ ਮਹੱਲੇ ਦੇ ਪਾਵਨ ਪਵਿੱਤਰ ਦਿਹਾੜੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਤੇ ਕੀ ਕਹਿਣਾ ਬੇਨਤੀ ਕਰਦੇ ਹੋਏ। ਸਰਬ ਕਟਾ ਭਰਪੂਰੀ ਰੇ ਪੇਕਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ। ਸੱਚੇ ਪਾਤਸ਼ਾਹ ਜਿਵੇਂ ਵੈਸ ਜਾਣ ਤੇ ਕਿਰਪਾ ਕੀਤੀ ਹੈ ਸਾਡੇ ਤੇ ਵੀ ਕਿਰਪਾ ਕਰ ਦਿਓ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਮਾਪਤੀ ਹੈ, ਬੜਾ ਸੋਹਣਾ ਉਪਰਾਲਾ ਕੀਤਾ, ਬੜੇ ਹੀ ਸਤਿਕਾਰਯੋਗ ਸੰਤ ਮਹਾਰਾਜ ਜੀ, ਸੰਤ ਬਾਬਾ ਗੁਰਮੀਤ ਸਿੰਘ ਜੀ ਅਮੈਰੀਕਾ ਵਾਲੇ ਸ਼ਿਕਾਗੋ ਤੋਂ, ਇਹਨਾਂ ਨੇ ਉਪਰਾਲਾ ਕੀਤਾ। ਗੁਰਮੁਖ ਪਰਿਵਾਰ ਸਾਡੇ ਵੱਡੇ ਭਰਾ, ਬੜੇ ਸਤਿਕਾਰਯੋਗ ਬਾਬਾ ਗੁਰਦਿਆਲ ਸਿੰਘ ਜੀ, ਮੈਂ ਤਾਂ ਬਾਬਾ ਜੀ ਕਹਿੰਦਾ ਹੁੰਦਾ, ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ, ਵੱਡੇ ਮਹਾਂਪੁਰਖਾਂ ਨਾਲ ਬੜਾ ਪਿਆਰ ਸੀ, ਬੜਾ ਗੁਰਮੁਖ ਪਰਿਵਾਰ। ਸਾਰੇ ਪਰਿਵਾਰ ਨੇ ਮਿਲ ਕੇ ਸਾਧ ਸੰਗਤ ਦੇ ਚਰਨ ਪੁਆਏ, ਹਰੀਅਸਰ ਕੀਰਤਨ ਸਾਧ ਸੰਗਤ। ਮਹਾਰਾਜ ਕਹਿੰਦੇ ਸਤਸੰਗਤ ਮੇਲਾ, ਇੱਕ ਤਾਂ ਮੇਲਾ ਲੱਗਿਆ ਆਨੰਦਪੁਰ ਸਾਹਿਬ ਹੋਲਾ ਮਹੱਲਾ, ਤੇ ਇਹ ਵੀ ਸਤਸੰਗਤ ਦਾ ਮੇਲਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਅਸਲੀ ਮੇਲਾ ਇਹੀ ਹੈ ਜਿੱਥੇ ਰੱਬ ਚੇਤੇ ਆ ਜਾਵੇ। ਸਾਡੇ ਸੰਤ ਹਰਭਜਨ ਸਿੰਘ ਜੈਤੋ ਸਰਜੇ ਤੋਂ 57 ਸਾਲ ਇਹਨਾਂ ਨੇ ਮਹਾਂਪੁਰਖਾਂ ਦੇ ਨਾਲ ਇੱਕ ਰਸ ਭਜਨ ਬੰਦਗੀ ਕੀਤੀ, ਹੁਣ ਵੀ ਕਰ ਰਹੇ ਨੇ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਬੜੀਆਂ ਅੱਛੀਆਂ ਅੱਛੀਆਂ ਰੂਹਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਈ ਹੈ, ਜਿਹੇ ਦਾ ਗੁਰਮੀਤ ਸਿੰਘ ਬਿਆਸ ਤੋਂ ਸੰਗਤ ਲੈ ਕੇ ਪਹੁੰਚੇ ਨੇ ਪੰਜਾਂ ਪਿਆਰਾਂ 'ਚ ਡਿਊਟੀ ਕਰਦੇ। ਜਿਹੜਾ ਸਿੰਘ ਹੈ ਨਾ ਦੂਰੋਂ ਹੀ ਪਤਾ ਲੱਗਦਾ, ਸ਼ਸਤਰਾਂ ਤੋਂ ਬਾਣੇ ਤੋਂ ਪਤਾ ਲੱਗ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨੂੰ ਆਪਣਾ ਹੀ ਰੂਪ ਦਿੱਤਾ। ਗੱਜ ਕੇ ਆਖੋ ਸਤਨਾਮ। ਜਿਹੜਾ ਖਾਲਸਾ ਇਹਨੂੰ ਆਪਣਾ ਰੂਪ ਦਿੱਤਾ ਮਹਾਰਾਜ ਨੇ। ਜਹੇਦਰ ਦੇਸਾ ਸਿੰਘ ਕੋਟਲੀ ਢੋਲੇ ਤੋਂ ਸ਼ਾਹ ਤੋਂ ਸੰਗਤ ਲੈ ਕੇ ਆਏ ਹਨ, ਜਹੇਦਰ ਰਵੇਲ ਸਿੰਘ ਜੈਤੋ ਸਰਜੇ ਤੋਂ ਸੰਗਤ ਲੈ ਕੇ ਆਏ ਹਨ। ਸਾਧ ਸੰਗਤ ਇਹ ਜਿਹੜਾ ਸਮਾਂ ਹੈ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ। ਕਿਉਂ? ਮਹਾਰਾਜ ਕਹਿੰਦੇ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ,
ਕਰੋੜਾਂ ਜੱਗਾਂ ਦਾ ਫਲ ਮਹਾਰਾਜ ਇੱਕ ਛਿਨ ਵਿੱਚ ਝੋਲੀ ਚ ਪਾ ਦਿੰਦੇ ਨੇ ਗਾ ਜੀ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਆਓ ਸਮਾਪਤੀ ਹੈ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀਆਂ ਕਲਾਂ ਮੇਰੀ ਇੱਕ ਬੇਨਤੀ ਹੈ ਜਿਹੜਾ ਕੋਈ ਗੁਰੂ ਦੀ ਨਿੰਦਿਆ ਕਰਦਾ ਉਹਦੀ ਗੱਲ ਨਾ ਸੁਣਿਆ ਕਰੋ ਹੁਣ ਆਪਾਂ ਸਤਸੰਗ ਇੱਥੇ ਹੋਇਆ ਨਿੰਦਿਆ ਥੋੜਾ ਕਿਸੇ ਦੀ ਆਪਾਂ ਗੁਰੂ ਦੀ ਉਸਤਤ ਕੀਤੀ ਹੈ ਜਿੰਨਾ ਸਮਾਂ ਆਪਾਂ ਕਿਸੇ ਨੂੰ ਮਾੜਾ ਕਹਿਣਾ ਜਪਜੀ ਸਾਹਿਬ ਕਰ ਲਓ ਪੁਰਾਤਨ ਸਿੱਖ 35-35 ਜਪਜੀ ਸਾਹਿਬ 21 ਜਪਜੀ ਸਾਹਿਬ ਭਾਈ ਲੱਖੂ ਜੀ 35 ਜਪਜੀ ਸਾਹਿਬ ਕਰਦੇ ਸੀ ਤੇ ਮਹਾਰਾਜ ਕਹਿੰਦੇ ਭਾਈ ਬੁੱਧੂ ਤੇਰੇ ਆਵੇ ਪੱਕੇ ਕਹਿੰਦਾ ਮਹਾਰਾਜ ਕੱਚੇ ਹੀ ਰਹਿਣਗੇ ਭੁੱਖਾ ਰਹਿ ਗਿਆ ਬਾਹਰ ਮਹਾਰਾਜ ਮੈਨੂੰ ਕਿਸੇ ਨੇ ਅੰਦਰ ਨਹੀਂ ਆਉਣ ਦਿੱਤਾ ਮਹਾਰਾਜ ਕਹਿੰਦੇ ਕੌਣ ਬੋਲਦਾ ਕਹਿੰਦੇ ਭਾਈ ਲੱਖੂ ਕਹਿੰਦੇ ਭਾਈ ਲੱਖੂ ਜੀ ਬੋਲਦੇ ਨੇ ਹਾਂ ਕਹਿੰਦੇ ਭਾਈ ਫਿਰ ਤਾਂ ਕੱਚੇ ਹੀ ਰਹਿਣਗੇ ਕਿਉਂ 35 ਜਪਜੀ ਸਾਹਿਬ ਦੇ ਪਾਠ ਰੋਜ਼ ਕਰਦਾ ਸੀ ਜਿਹੜਾ ਬੰਦਾ 25 ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਦਾ ਨਾ ਉਹ ਕੋਈ ਵੀ ਅਰਦਾਸ ਕਰੇ ਉਹਦੀ ਪੂਰੀ ਹੋ ਜਾਣੀ ਹੈ ਗੱਜ ਕੇ ਆਖੋ ਸਤਨਾਮ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਬਾਲਕ ਆ ਗਿਆ ਜੇ ਉਹ 5 ਜਪਜੀ ਸਾਹਿਬ ਰੋਜ਼ਾਨਾ ਕਰਦੀ ਆ ਤਾਂ ਬੱਚੇ ਨੂੰ ਜਪਜੀ ਸਾਹਿਬ ਯਾਦ ਕਰਨ ਦੀ ਲੋੜ ਨਹੀਂ ਉਹਦਾ ਜਵਾਨੀ ਹੋ ਜਾਣਾ ਸਾਡੇ ਵਿੱਚ ਬੜੇ ਪ੍ਰੈਕਟੀਕਲ ਨੇ ਸੰਗਤ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਬੱਚਾ ਉਹ ਤਬਲਾ ਵਜਾਉਂਦਾ 27 ਸਾਲ ਦਾ ਸਾਹ ਸੰਗਤ ਉਹਦੀ ਮਾਤਾ ਨੂੰ ਸੁਖਮਨੀ ਸਾਹਿਬ ਜਵਾਨੀ ਯਾਦ ਆ ਉਹਦੇ ਵੀ ਜਵਾਨੀ ਹੈ ਉਹਦੀ ਮਾਤਾ ਨੂੰ ਜਪਜੀ ਸਾਹਿਬ ਜਵਾਨੀ ਉਹਦੇ ਵੀ ਜਵਾਨੀ ਹੈ ਮਾਤਾ ਨੂੰ 200 ਸ਼ਬਦ ਯਾਦ ਆ ਉਹਦੇ ਵੀ ਜਵਾਨੀ ਹੈ ਮਾਤਾ ਨੇ ਯਾਦ ਕੀਤਾ ਬੱਚੇ ਨੂੰ ਯਾਦ ਕਰਨ ਦੀ ਲੋੜ ਨਹੀਂ ਪਈ ਜੇ ਮਾਤਾ ਕੇ ਚੌਰ ਸਾਹਿਬ ਕਰਦੀ ਹੈ ਬੱਚੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਚੌਰ ਸਾਹਿਬ ਕਰਦਾ ਜਾਂ ਸਿੱਖੀ ਦੇ ਵਿੱਚ ਆਇਆ ਜਾਂ ਦਾੜਾ ਰੱਖ ਲੈ ਉਹਨੇ ਆਪੇ ਰੱਖ ਲੈਣਾ ਮਾਤਾ ਨੂੰ ਥੋੜੀ ਮੁਸ਼ਕਤ ਕਰਨੀ ਪੈਣੀ ਬਹਾਦਰ ਸ਼ਾਹ ਦਾ ਜਨਮ ਨਹੀਂ ਸੀ ਹੁੰਦਾ ਸਾਹ ਸੰਗਤ ਮਾਤਾ ਬੜੀ ਤੰਗ ਤੇ ਗੁਰੂ ਹਰ ਰਾਏ ਸਾਹਿਬ ਨੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਭੇਜਿਆ ਫਿਰ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ ਗੱਜ ਕੇ ਆਖੋ ਸਤਨਾਮ ਜਪਜੀ ਸਾਹਿਬ ਦੇ ਪਾਠ ਦਾ ਬੜਾ ਮਹੱਤਵ ਹੈ ਤੇ ਬੁੱਧੂ ਸ਼ਾਹ ਕਹਿਣ ਲੱਗਿਆ ਕਹਿੰਦਾ ਮਹਾਰਾਜ ਭਾਈ ਬੁੱਧੂ ਕਹਿੰਦਾ ਮਹਾਰਾਜ ਮੈਂ ਤਾਂ ਮਾਰਿਆ ਗਿਆ ਪਹਿਲਾਂ ਵੀ ਕਰਜ਼ਾ ਚੁੱਕ ਕੇ ਆਵੀ ਲਾਈ ਤੇ ਹੁਣ ਵੀ ਮੈਂ ਕਰਜ਼ਾ ਚੁੱਕਿਆ ਤੇ ਪ੍ਰਸ਼ਾਦਾ ਆਪ ਜੀ ਨੂੰ ਸ਼ਿਕਾਇਤ ਆਵੇ ਤਾਂ ਫਿਰ ਵੀ ਕੱਚੇ ਰਹਿ ਗਏ ਮਹਾਰਾਜ ਕੀ ਬਣਨਾ ਮਹਾਰਾਜ ਕਹਿੰਦੇ ਕੋਈ ਗੱਲ ਨੀ ਭਾਈ ਰਹਿਣਗੇ ਤਾਂ ਕੱਚੇ ਵਿਗਣਗੇ ਪੱਕਿਆਂ ਦੇ ਪਾਸ ਗੱਜ ਕੇ ਆਖੋ ਸਤਨਾਮ ਜਪਜੀ ਸਾਹਿਬ ਦੇ ਪਾਠ ਦੀ ਏਡੀ ਮਹਾਨਤਾ ਜਿਹੜਾ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਨਾ ਇੱਕ ਪਾਠ ਵੀ ਰੋਜ਼ ਕਰ ਲੇ ਉਹਦੇ ਸਰੀਰ ਵਿੱਚ ਕਦੇ ਰੋਗ ਨਹੀਂ ਰਹਿੰਦਾ ਕਿਸੇ ਨੂੰ ਕੰਨਾਂ ਦਾ ਰੋਗ ਕਿਸੇ ਨੂੰ ਗਲ ਦਾ ਰੋਗ ਕਿਸੇ ਨੂੰ ਕੈਂਸਰ ਤੱਕ ਦੂਰ ਹੋ ਗਏ ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਆਪਣੇ ਕੋਲ ਕਿੱਡਾ ਬੜਾ ਖਜ਼ਾਨਾ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਕਿੱਡਾ ਖਜ਼ਾਨਾ ਮਹਾਰਾਜ ਦੇ ਕੇ ਗਏ ਪਰ ਆਪਾਂ ਨਾ ਬਹੁਤ ਪਿੱਛੇ ਹਾਂ ਸੋਚੀਏ 15 ਮਿੰਟ ਵੀ ਆਪਾਂ ਮੂਲ ਮੰਤਰ ਨਹੀਂ ਕਰਦੇ ਇੱਕ ਨਲਾਇਕ ਬੱਚਾ ਪਾਕਿਸਤਾਨ ਦਾ ਮੂਲ ਮੰਤਰ ਦਾ ਪਾਠ ਕਰਕੇ ਉਹ ਰਾਸ਼ਟਰਪਤੀ ਬਣ ਗਿਆ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਵੀ ਮੂਲ ਮੰਤਰ ਕਰਨਾ ਚਾਹੀਦਾ ਬੱਚਿਆਂ ਨੂੰ ਲਾਉਣਾ ਚਾਹੀਦਾ ਮੂਲ ਮੰਤਰ ਦੇ ਮੂਲ ਮੰਤਰ ਦਾ ਪਾਠ ਕਰ ਪੁੱਤਰ ਮਾਤਾ ਨੂੰ ਕਹਿਣਾ ਲੈ 10 ਰੁਪਏ ਲੈ ਮੂਲ ਮੰਤਰ ਦਾ ਪਾਠ ਕਰ ਤਾਂ 10 ਰੁਪਏ ਮਿਲਣੇ ਅਸੀਂ ਇੱਦਾਂ ਹੀ ਲਾਉਂਦੇ ਹਾਂ ਬੱਚਿਆਂ ਨੂੰ ਉਹ ਫਿਰ 10 ਰੁਪਏ ਜਿਹੜਾ ਵੀ ਆਉਂਦਾ ਮੇਰੇ ਕੋਲ ਮੈਂ 10 ਰੁਪਏ ਲੈ ਮੂਲ ਮੰਤਰ ਕਰ ਉਹ ਫਰੀਦ ਸਾਹਿਬ ਦੀ ਮਾਤਾ ਨੇ ਗੁੜ ਦੀ ਰੋੜੀ ਨਾਲ ਫਰੀਦ ਸਾਹਿਬ ਨੂੰ ਲਾਇਆ ਮਾਤਾ ਪਹਿਲੀ ਗੁਰੂ ਹੈ ਜਦੋਂ ਮਾਤਾ ਨੇ ਭਗਤੀ ਕੀਤੀ ਤਾਂ ਬੱਚੇ ਨੇ ਵੀ ਫਿਰ ਭਗਤੀ ਕਰਨੀ ਧਰੂ ਭਗਤ ਨੂੰ ਮਾਤਾ ਨੇ ਭੇਜਿਆ ਪੁੱਤਰ ਮੈਂ ਤਪ ਨਹੀਂ ਕੀਤਾ ਤਾਂ ਮੈਂ ਗੋਲੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਤੂੰ ਤਪ ਕਰ ਜੋ ਤਪ ਤੇ ਬੈਠਣ ਲੱਗਾ ਰਾਜਾ ਉਤਾਨ ਪਾਤ ਕਹਿਣ ਲੱਗਿਆ ਕਹਿੰਦਾ ਪੁੱਤਰ ਅੱਧਾ ਰਾਜ ਦੇ ਦਿੰਦਾ ਧਰੂ ਭਗਤ ਜੀ ਕਹਿੰਦੇ ਅਜੇ ਤਾਂ ਮੈਂ ਬੈਠਾ ਹੀ ਹਾਂ ਤਪ ਤਾਂ ਸ਼ੁਰੂ ਨਹੀਂ ਕੀਤਾ ਅੱਧਾ ਰਾਜ ਮੈਨੂੰ ਪਹਿਲਾਂ ਮਿਲਣ ਲੱਗ ਗਿਆ ਕਹਿੰਦਾ ਹੁਣ ਤਾਂ ਮੈਨੂੰ ਰਾਜ ਨਹੀਂ ਚਾਹੀਦਾ ਹੁਣ ਮੈਂ ਪਰਮ ਪਿਤਾ ਦੀ ਗੋਦੀ ਵਿੱਚ ਬਹਿਣਾ ਗੱਜ ਕੇ ਆਖੋ ਸਤਨਾਮ ਆਪਾਂ ਜਪਜੀ ਸਾਹਿਬ ਕਰੀਏ ਆਪਾਂ ਨੂੰ ਵੇਖ ਕੇ ਬੱਚੇ ਵੇਖਦੇ ਨੇ ਵੀ ਇਹ ਕੀ ਕਰਦੇ ਨੇ ਆਪਾਂ ਨੂੰ ਵੇਖ ਕੇ ਜਪਜੀ ਸਾਹਿਬ ਕਰਨਗੇ ਆਪਾਂ ਚੌਂਕੜਾ ਲਾਵਾਂਗੇ ਵਾਹਿਗੁਰੂ ਵਾਹਿਗੁਰੂ ਕਰਾਂਗੇ ਬੱਚਾ ਤਾਂ ਵਾਹਿਗੁਰੂ ਵਾਹਿਗੁਰੂ ਕਰੇਗਾ ਇਹ ਟਾਹਣੀਆਂ ਨੇ ਇਹਨਾਂ ਨੇ ਮੁੜ ਜਾਣਾ ਟਾਹਣ ਨਹੀਂ ਮੁੜਦੇ ਟਾਹਣ ਟੁੱਟਿਆ ਕਰਦੇ ਨੇ ਇਸ ਕਰਕੇ ਮੇਰੀ ਬੇਨਤੀ ਆ ਵੀ ਜੇ ਨਹੀਂ ਆਪਾਂ ਕਰਦੇ ਮੂਲ ਮੰਤਰ ਤਾਂ ਕਰਨਾ ਸ਼ੁਰੂ ਕਰ ਦਿਓ ਸਵਾਸਾਂ ਦੀ ਪੂੰਜੀ ਨੂੰ ਆਪਾਂ ਖਰਾਬ ਨਾ ਕਰੀਏ ਇਹ ਆਪਾਂ ਜਿਹੜਾ ਹੁਣ ਸਮਾਗਮ ਰੱਖਿਆ ਇਹਦਾ ਫਾਇਦਾ ਤਾਂ ਹੈ ਆਪਾਂ ਇੱਥੋਂ ਕੁਛ ਮਹਾਰਾਜ ਤੋਂ ਲੈ ਕੇ ਜਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ ਹੈ ਸਾਰਿਆਂ 'ਤੇ
ਨਾਨਕ ਨਦਰੀ ਨਦਰ ਨਿਹਾਲ। ਜਿੰਨੇ ਵੀ ਇੱਥੇ ਬੈਠੇ ਸਭ ਦੀਆਂ ਹਾਜ਼ਰੀਆਂ ਲੱਗ ਗਈਆਂ ਭਾਈ, ਮਹਾਰਾਜ ਦੀ ਨਿਗਾਹ ਪੈ ਗਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾ। ਗੁਰੂ ਤਾਂ ਹਾਜ਼ਰ ਨਾਜ਼ਰ ਹੈ, ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨੇ। ਮਹਾਰਾਜ ਦੀ ਨਿਗਾਹ ਪੈ ਗਈ ਭਾਈ, ਸਾਰਿਆਂ ਨੇ ਤਰ ਜਾਣਾ, ਸਾਰਿਆਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣੀਆਂ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ, ਨਾਨਕ ਦਾਸ ਮੁਖ ਤੇ ਜੋ ਬੋਲਾਈ ਹਾਂ। ਸੋ ਮੇਰੀ ਬੇਨਤੀ ਆ, ਅੰਮ੍ਰਿਤ ਵੇਲੇ ਜਪਜੀ ਸਾਹਿਬ, ਸ਼ਾਮ ਨੂੰ ਰਹਿਰਾਜ ਸਾਹਿਬ, ਸੌਣ ਵੇਲੇ ਕੀਰਤਨ ਸੋਹਿਲਾ ਜੀ ਦਾ ਪਾਠ, ਮੂਲ ਮੰਤਰ ਦਾ ਜਾਪ ਦਿਨ ਦੇ ਵਿੱਚ ਸਾਰਾ ਦਿਨ ਕਰਨਾ ਚਾਹੀਦਾ। ਸੁਖਮਨੀ ਸਾਹਿਬ ਦਾ ਇੱਕ ਪਾਠ ਕਰੀਏ, ਦੇਖੋ ਫਿਰ ਆਨੰਦ ਆਉਂਦਾ, ਫਿਰ ਆਨੰਦ ਐਸਾ ਆਉਣਾ ਵੀ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਸਾਹਮਣੇ ਆ ਜਾਣਾ, ਗੱਜ ਕੇ ਆਖੋ ਸਤਨਾਮ। ਸੋ ਆਓ, ਇਹੀ ਅਰਦਾਸ ਕਰਨੀ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਹੋਲੇ ਮਹੱਲੇ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਸਾਹ ਸੰਗਤ ਨੂੰ, ਦੇਸ਼ਾਂ ਵਿਦੇਸ਼ਾਂ 'ਚ ਰਹਿੰਦੀ ਸੰਗਤ ਨੂੰ, ਜਿਹੜਾ ਲਾਈਵ ਸੰਗਤ ਦੇਖ ਰਹੀ ਹੈ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਹੁਣ ਮਹਾਰਾਜ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰ, ਮਹਾਰਾਜ ਮਿਹਰ ਕਰਨ, ਕਿਰਪਾ ਕਰਨ, ਚੜ੍ਹਦੀਆਂ ਕਲਾਂ ਬਖਸ਼ਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਆਓ ਆਨੰਦ ਸਾਹਿਬ ਦੇ ਜਾਪ ਹੋਣਗੇ, ਸਾਰੇ ਰਸਨਾਂ ਨੂੰ ਪਵਿੱਤਰ ਕਰੋ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਕੀ ਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਕੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਅੰਗਤ, ਗੁਰੂ ਅਮਰਦਾਸ ਦਾਸ ਜੀ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ਼੍ਰੀ ਹਰ ਆਏ ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈਏ, ਜਿਨ ਡਿਠਿਆਂ ਸਭ ਦੁੱਖ ਜਾਏ, ਗੁਰੂ ਤੇਗ ਬਹਾਦਰ ਸਾਹਿਬ ਸੁਣੀਏ, ਕਰਨਾ ਲਿਦਿਆਵੇ ਧਾਏ ਸਫਲ ਸਹਾਏ, ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਫਲ ਸਹਾਏ, ਦਸਾਂ ਹੀ ਪਾਤਸ਼ਾਹ ਦੀ ਜਾਗਦੀ ਜੋਤ, ਸਰਬ ਕਰਾ ਭਰਪੂਰ ਜੁਗੋ ਜੁਗ ਟਲ ਧੰਨ ਤਾ ਯੋਗ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਾਰਿਆਂ ਤੇ ਖਾਲਸਾ ਬੋਲਾਂ, ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ, ਗੁਰਮੁਖਾਂ ਨਾਮ ਜਪਿਆ ਵੰਡ ਕੇ ਸਕਿਆ, ਦੇਈ ਚਲਾਹੀ ਤੇ ਗਵਾਹੀ ਦੇ ਕੇ ਨਿਰਕੀਤਾ, ਤਿੰਨਾਂ ਪਿਆਰਿਆਂ ਚਾਰਿਆਂ ਮਹਾਂਪੁਰਸ਼ਾਂ ਦੀ ਕਮਾਈ ਦਾ ਤਿਲ ਖਾਲਸਾ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘੀਆਂ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਬੱਚਿਆਂ ਦੇ ਟੋਟੇ ਕਰਵਾ ਗਲਾਂ ਝਰ ਪਏ, ਖੰਨੇ ਖੰਨੇ ਪ੍ਰਸਾਦ ਤੇ ਗੁਜ਼ਾਰਾ ਕੀਤਾ, ਪਿਆਲੀ ਪਿਆਲੀ ਪਾਣੀ ਤੇ ਗੁਜ਼ਾਰਾ ਕੀਤਾ, ਤੇਰੇ ਭਾਂਡੂ ਮਿੱਠਾ ਕਰਕੇ ਮੰਨਿਆ, ਗੋਬਿੰਦ ਦੇ ਪ੍ਰਗਟ ਖਾਲਸੇ ਦੀ ਕਮਾਈ ਦਾ ਤਿਲ ਖਾਲਸਾ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦਾਂ ਦੀ ਕਮਾਈ ਦਾ ਤਿਲ ਖਾਲਸਾ ਬੋਲਣਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਪਰ ਸਭ ਖਾਲਸੇ ਜੀ ਕੋ ਅਰਦਾਸ ਹੈ, ਸਭ ਖਾਲਸੇ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤੇ ਆਵੇ, ਚਿਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਸਿਆ ਰਹਿ, ਦੇਹ ਤੇ ਬਰੇ ਬਿਰਦਗੀ ਪੈਂਜ ਬਖਸ਼ੋ ਜੀ। ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਹ ਦਾਨ, ਰਹਿ ਦਾਨ, ਵੇਗ ਦਾਨ, ਭਰੋਸਾ ਦਾਨ, ਦਾਨਾ ਸਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਿੰਘ ਦਰਸ਼ਨੀ ਸਿਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋ ਟਲ, ਧਰਮ ਕਾ ਜੀ ਬੁਲਾਉਣਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਸੇਵਕਾਂ ਦਾ ਮਨ ਨੀਵਾਂ, ਮਤ ਜੀ ਮਤ ਪਤ ਕੇ ਰਾਖੇ, ਆਪ ਘਰ ਹੋਏ ਨਮਾਣਿਆਂ ਦੇ ਮਾਣ, ਨਾ ਤਾਣਿਆਂ ਦੇ ਤਾਣ, ਨੇ ਓਟੀਆਂ ਦੀ ਓਟ, ਨੇ ਆਸ਼ਰਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲ ਵਿੱਚ ਅਰਦਾਸ ਜੋੜਨੀ ਬੇਨਤੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ ਨਿਮਕੇ ਕਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ, ਦੇ ਮਾਵਾ ਕਨਸਾਰ ਹੋਲੇ ਮਹੱਲੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ, ਪਿੰਡ ਸਿਰਹਾਲੇ ਦੀ ਸਮੂਲ ਸਾਧ ਸੰਗਤ ਨੇ, ਇਲਾਕੇ ਦੀਆਂ ਸੰਗਤਾਂ ਨੇ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ, ਸੰਧਿਆ ਦੇ ਟਾਈਮ ਤੇ ਸਤਿਗੁਰੂ ਪਾਤਸ਼ਾਹ ਜੀ ਦੀਵਾਨ ਸੱਜੇ ਹਨ, ਕਲਯੁਗ ਮੇ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਾਵਾ ਕਰਨ, ਸਤਿਗੁਰੂ ਪਾਤਸ਼ਾਹ ਸੌਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨ੍ਹਾਂ ਕੇ ਮਨ ਬਸ ਰਾਮ, ਸਤਿਗੁਰੂ ਸੋਦਰ
ਰਹਿ ਰਾਹ ਦੀ ਗੁਰਬਾਣੀ ਦੇ ਜਾਪ ਹੋਏ ਨੇ ਸਤਿਗੁਰੂ ਪਾਤਸ਼ਾਹ ਜੀ, ਦੀਵਾਨ ਸੱਜੇ ਹਨ ਸਤਿਗੁਰੂ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਗੁਰਬਾਣੀ ਦੇ ਜਾਪ ਹੋਏ ਹਨ ਅੱਖਰ ਵਾਧਾ ਘਾਟਾ ਭੁਰ ਚੁੱਕ ਮਾਫ਼ ਕਰਨਾ ਦਾਰਾਈਆਂ ਸੰਗਤਾਂ ਦੀਆਂ ਹਾਰੀਆਂ ਦਰ ਪ੍ਰਵਾਨ ਕਰਦੇ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਵੱਲੋਂ ਬੇਅੰਤ 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 ਮਾਇਆ ਅਰਦਾਸ ਹੋਈ ਹੈ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਆਈ ਹੈ ਸੋ ਖਜ਼ਾਨੇ ਭਰਪੂਰ ਕਰਨੇ ਜੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸੰਤ ਮਹਾਂਪੁਰਸ਼ ਚੇਚੇ ਤੌਰ 'ਤੇ ਪਹੁੰਚੇ ਹਨ ਸੰਤ ਮਹਾਂਪੁਰਸ਼ ਗੁਰਮੀਤ ਸਿੰਘ ਜੀ ਵੱਲੋਂ ਉਪਰਾਲਾ ਕੀਤਾ ਗਿਆ ਸਤਿਗੁਰੂ ਸੇਵਕ ਉਹ ਸੇਵਾ ਬਣਿਆਈ ਹਾਕਮ ਬੂਝ ਪਰਮ ਪਦ ਪਾਈ ਦੇ ਮਾਵਾ ਕਰ ਸਰ ਆਪ ਜੀ ਦਾ ਕੋਟਨ ਕੋਟ ਧੰਨਵਾਦ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਸ ਵਕਤ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਚਰਨਾਂ ਦੇ ਵਿੱਚ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਸਤਿਗੁਰੂ ਭੋਗ ਲਓ ਭੋਗ ਲੱਗਿਆ ਪ੍ਰਸਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਹੋਵੇ ਖਾਵੋ ਖਰਚੋ ਰਲ ਮਲ ਭਾਈ ਟੋ ਨਾਲ ਤੋਂ ਵੱਧ ਹੋ ਜਾਈ ਦੇ ਮਾਕਲ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਾਰੀਆਂ ਸੰਗਤਾਂ ਦੀ ਹਾਰੀ ਆ ਦਰ ਪ੍ਰਵਾਨ ਕਰਦੇ ਹਾਂ ਸਤਿਗੁਰੂ ਪਵਿੱਤਰ ਹੁਕਨਾਮੇ ਦੀ ਬਖਸ਼ ਕਰਕੇ ਸੰਗਤਾਂ ਨੂੰ ਨਾਨਕ ਦੀ ਨਿਹਾਲ ਕਰੋ ਸੇਹੀ ਗੁਰੂ ਪਿਆਰੇ ਮਿਲੋ ਜਿਨ੍ਹਾਂ ਨੇ ਮਿਲਿਆ ਤੇਰਾ ਨਾਮ ਜਿੱਤਿਆ ਜੀ ਨਾਨਕ ਨਾਮ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਗਿਆ ਭਈਆ ਕਾਲ ਕੀ ਤਵੀ ਚਲਾਇਓ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾਂਭਣੇਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਮ ਦੇ ਵਾਹਿਗੁਰੂ ਜੋ ਸ਼ਰਧਾ ਕਰ ਸੇਮ ਦੇ ਵਾਹਿਗੁਰੂ ਬੋਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਦ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੀ ਲਾਏ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਹਤ ਖਸਮ ਦੇ ਨੂਰ ਅਰਸੋ ਕੁਰਸੋ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੇ ਕਟੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੇ ਗਣਤਨ ਗਣਿਆ ਕਾਏ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੇ ਗਣਤਨ ਗਣਿਆ ਕਾਏ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਏ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀਆ ਪੈਜ ਰੱਖੇ ਨਾਨਕ ਸਤਿਗੁਰ ਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀਆ ਪੈਜ ਰਾਖੇ ਨਾਨਕ ਸਤਿਗੁਰ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।